उसे सुन रहे हो चावला न्यूज नेटवर्क टोरंटो CNN टोरंटो। मिंटू जी वेलकम, स्वागत है जी, एनु सत श्री अकाल। शुक्रिया सर, एनु अज बहस है बड़ी वड्डी, अज पंजाब बोलदा, तैयारियां पूरी जोरां शोरां ते ने। अज तुहाडे 1 नवंबर है, 1 नवंबर दे इतिहासक पक्ष बड़े ने, काले अध्याय भी ने, बहुत सारिया होर इतिहासक घटनावां भी ने। अज बहस तो एन पहला जाखड़ साहब का जिहड़ा किनारा, तो उन्होंने एक टिप्पणी बड़ी वड्डी कर दित्ती है, की कहना चाहोगे? देखो शशोपंच ही है कि कौन कौन जाएगा कौन कौन नहीं जाएगा। तकरीबन अकाली भी मैनू तो नहीं लगता कि वो जाणगे, उन्हां दा भी इस बहस च हिस्सा लेना मुश्किल आ लगता। तो भाजपा वाले तो कह ही चुके, कांग्रेस भी हुण मैं देख रहा सी कि राजा वड़िंग ने एक वीडियो पोस्ट किया, ਉਹਦੇ ਚ ਉਹ ਆਖਣ ਡਏ ਆ ਕਿ ਯਾਰ ਹਰੇਕ ਮੈਚ ਦੇ ਕੁਛ ਨਾ ਕੁਛ ਕਾਇਦੇ ਕਾਨੂੰਨ ਹੁੰਦੇ ਆ, ਕਿੰਨੇ ਓਵਰ ਦਾ ਹੋਏਗਾ, ਕਿਹੜਾ ਬੈਟਿੰਗ ਪਹਿਲਾਂ ਕਰੇਗਾ ਵਗੈਰਾ ਵਗੈਰਾ। ਇੱਥੇ ਤਾਂ ਕੁਛ ਵੀ ਨਹੀਂ ਹੈ, ਤੁਸੀਂ ਤੇ ਇੱਥੋਂ ਤੱਕ ਉਹ ਕਹਿੰਦੇ ਕਿ ਕੋਈ ਜਗਰਾਤਾ ਵੀ ਕਰਵਾਉਂਦਾ ਹੈ ਤੇ ਦੂਜੇ ਦੇ ਘਰ ਸੱਦਾ ਨਹੀਂ ਹੁੰਦਾ ਜ਼ਰੂਰ ਘੱਲਦਾ, ਤੁਸੀਂ ਤੇ ਕੋਈ ਇਨਵੀਟੇਸ਼ਨ ਭੇਜਿਆ ਹੀ ਨਹੀਂ ਹੈ ਕਿਸੇ ਨੂੰ, ਚੱਕ ਕੇ ਆਖ ਦਿੱਤਾ ਇੱਕ ਟਵੀਟ ਕਰ ਦਿੱਤਾ ਕਿ ਹਾਂ ਭਾਈ ਠੀਕ ਹੈ ਆ ਜਾਓ। ਵੈਸੇ ਗੱਲ ਵੀ ਠੀਕ ਆ, ਸੱਦਾ ਤੇ 3 ਕਰੋੜ ਲੋਕਾਂ ਨੂੰ ਆ, ਤੇ ਉੱਥੋਂ ਦਾ ADGP ਕਹੀ ਜਾਂਦਾ ਕਿ ਆਮ ਜਨਤਾ ਇੱਥੇ ਨਹੀਂ ਵੜ ਦੇਣੀ ਬਈ। ਅੱਛਾ ਜੀ, ਪ੍ਰਬੰਧ ਸਖ਼ਤ ਨੇ ਤੇ ਜਿਹੜਾ ਉਹ ਆਡੀਟੋਰੀਅਮ ਆ ਉਹਦੀ ਕਪੈਸਿਟੀ 1000 ਦੀ ਹੈ ਸਾਰੀ। ਅੱਛਾ ਜੀ, ਸੱਦਾ 3 ਕਰੋੜ ਨੂੰ, ਤੇ ਜਿਹੜੇ ਲੱਖੇ ਸਿਧਾਨੇ ਵਰਗੇ ਕਹਿੰਦੇ ਕਿ ਅਸੀਂ ਆਵਾਂਗੇ, ਉਹਨਾਂ ਨੂੰ ਘਰਾਂ ਚ ਤਾੜ ਰੱਖਿਆ ਇਹਨਾਂ ਨੇ ਕੱਲ ਦਾ, ਉਸ ਐਂ ਚੜੀ ਪਈ ਆ ਜਿਵੇਂ ਉਹ ਅੰਮ੍ਰਿਤਪਾਲ ਸਿੰਘ ਵੇਲੇ ਦੁਬਾਰਾ ਅਸੀਂ ਵੇਖਿਆ ਸੀਗਾ ਨਾ ਮਾਹੌਲ, ਕਿ ਬੱਲੇ ਬੱਲੇ ਉਹ ਇੱਕ ਵਾਰੀ ਫਿਰ ਮਾਹੌਲ ਬਣਿਆ। ਤੇ ਇੱਕ ਐਸੀ ਡਿਬੇਟ ਆ ਕਿ ਜਿਹਦੇ ਚ ਨਾ ਤੇ ਹੈਗਾ ਮੈਂ ਪੰਜਾਬ ਬੋਲਦਾ, ਤੇ ਜਿਹੜੇ ਬੋਲਣ ਵਾਲੇ ਉਹਨਾਂ ਨੂੰ ਕਹਿੰਦੇ ਕਿ ਤੂੰ ਕਿਉਂ ਬੋਲਦਾ। ਬਿਲਕੁਲ ਸਹੀ, ਕਿਆ ਬਾਤ। ਗੱਲ ਇਹ ਆ ਕਿ ਇਸ ਵੇਲੇ ਹੁਣ ਡਿਬੇਟ ਜਿਹੜੀ ਆ ਉਹ ਕਿਹਦੇ ਕਿਹਦੇ ਵਿਚਾਲੇ ਹੋਏਗੀ ਇਹ ਪਤਾ ਹੀ ਨਹੀਂ ਲੱਗ ਰਿਹਾ। ਇਹ ਉਹ ਲੱਗਦਾ ਸੁਣੀਆਂ ਹੋ ਜਾਣ ਗਲੀਆਂ ਦੇ ਵਿੱਚ, ਮਿਰਜ਼ਾ ਯਾਰ ਫਿਰੇ ਕਿ ਮਿਰਜ਼ਾ ਯਾਰ ਹੀ ਫਿਰੇਗਾ ਇੱਥੇ ਕੱਲਾ। ਡਿਬੇਟ ਇਸ ਤਰ੍ਹਾਂ ਦੀ ਹੀ ਲੱਗਦਾ ਕਿ ਆਸਾਰ ਜਿਹੜੇ ਨੇ, ਜ਼ਿਆਦਾਤਰ ਜਿਹੜੇ ਆਸਾਰ ਨੇ ਇਨਕਾਰ ਨੇ, ਉਹ ਅਯੋ ਨੇ ਕਿ ਹੋ ਸਕਦਾ ਕਿ ਇਹੀ ਮਤਲਬ ਕਿ ਮਾਨ ਸਾਹਿਬ ਹੀ ਇਕੱਲੇ ਜਿਹੜੇ ਆ ਉਹ ਉੱਥੇ ਰਹਿ ਜਾਣ ਤੇ ਉੱਥੇ ਆਪਦੇ ਹਿਸਾਬ ਕਿਤਾਬ ਨਾਲ ਉਹ ਗੱਲਾਂ ਕਰਨਗੇ, ਕਿਉਂਕਿ ਟਿੱਕਾਂ ਟਿੱਪਣੀਆਂ ਤੇ ਚੱਲਦੀਆਂ ਨੇ। ਮੈਂ ਉਹਨਾਂ ਵੱਲ ਜੇ ਜਾਵਾਂ ਤੇ ਉਹ ਹਰੇਕ ਕਹੀ ਜਾਂਦਾ ਅਕਾਲੀ ਆਪਣਾ ਕਿ SYL ਤੇ ਕਰਵਾਓ, ਇਕੱਲੇ ਤੇ ਕਰਵਾਓ। ਇਹਨਾਂ ਨੇ ਕੱਲ ਟਵੀਟ ਵੀ ਕੱਢ ਕੇ ਲਿਆਂਦਾ ਕਿ ਪਹਿਲਾਂ ਉਹ ਕੁਛ ਹੋਰ ਕਹਿੰਦੇ ਸੀ, ਆਹ ਹੁਣ ਆਮ ਆਦਮੀ ਪਾਰਟੀ ਵਾਲੇ ਟਵੀਟ ਕੁਛ ਹੋਰ ਕਰੀ ਬੈਠੇ ਆ, ਯਾਨੀ ਇਹਨਾਂ ਦੇ ਤੇ ਏਜੰਡਾ ਹੀ ਸੈੱਟ ਨਹੀਂ ਹੈ, ਮੁੱਦੇ ਹੀ ਕਲੀਅਰ ਨਹੀਂ ਹੈ। ਬਹਿਸ ਦੇ ਵਿੱਚ ਮੁੱਦਾ ਹੁਣ ਕੀ ਵਿਚਾਰਿਆ ਜਾਏਗਾ, ਕਿਹਦੇ ਕਿਹਦੇ ਦਰਮਿਆਨ ਬਹਿਸ ਹੋਏਗੀ, ਫਿਰ ਉਹਦਾ ਸਿੱਟਾ ਕੀ ਨਿਕਲੇਗਾ, ਉਹ ਤੇ ਹੁਣ ਚਲੋ 2 ਕੁ ਘੰਟਿਆਂ ਤੱਕ ਪਤਾ ਲੱਗ ਜੂ, 3 ਕੁ ਘੰਟਿਆਂ ਤੱਕ। ਪਰ ਮੈਨੂੰ ਨਹੀਂ ਲੱਗਦਾ ਕਿ ਓਪੋਜੀਸ਼ਨ ਉੱਥੇ ਜਾ ਰਹੀ ਆ, ਕਿਉਂਕਿ ਓਪੋਜੀਸ਼ਨ ਨੂੰ ਪਤਾ ਕਿ ਉੱਥੇ ਬਈ ਰੰਗ ਕਿਵੇਂ ਜੰਮਣਾ ਹੈ, ਉੱਥੇ ਕੀ ਹਾਲਤ ਹੋਣੀ ਆ। ਕਿਉਂਕਿ ਜੇ ਆਪਾਂ ਦੇਖੀਏ ਤਾਂ 30-30 ਮਿੰਟ ਇਹਨਾਂ ਨੇ ਪਾਰਟੀ ਵਾਸਤੇ ਰੱਖੇ ਸੀ, ਕਿ ਪਾਰਟੀਆਂ ਵੀ ਕਿਹੜੀਆਂ 3-4 ਪਾਰਟੀਆਂ ਨੂੰ ਸੱਦਾ ਹੈ, ਉਹ ਲੱਗਦਾ ਨਹੀਂ ਹੈ ਕਿ ਉਹਨਾਂ ਵਾਸਤੇ, ਮੈਨੂੰ ਨਹੀਂ ਲੱਗਦਾ ਕਿ ਐਸਾ ਆਈਡੀਅਲ ਪਲੇਟਫਾਰਮ ਹੈਗਾ ਕਿ ਜਿੱਥੇ ਜਾ ਕੇ ਉਹ ਭਗਵੰਤ ਮਾਨ ਵਰਗੇ ਬੁਲਾਰੇ ਦੇ ਨਾਲ ਮੁਕਾਬਲਾ ਕਰ ਲੈਣਗੇ। ਬਹਿਸ ਦੀ ਇੱਕ ਪਿਰਤ, ਚਲੋ ਮੈਂ ਕਹੂੰਗਾ ਕਿ ਇੱਕ ਪਿਰਤ ਪੈਣੀ ਸ਼ੁਰੂ ਹੋ ਗਈ ਆ। ਤੁਸੀਂ ਵੇਖਿਓ ਬਹੁਤ ਜਲਦੀ, ਮੇਰੀ ਇੱਕ ਕਹਿ ਲਓ ਕਿ ਪੈਸ਼ੀਨਗੋਈ ਕਹਿ ਲਓ, ਪ੍ਰੈਡਿਕਸ਼ਨ ਕਹਿ ਲਓ, ਕਿ ਬਹੁਤ ਜਲਦੀ ਹੁਣ ਭਗਵੰਤ ਮਾਨ ਹੋਰਾਂ ਨੂੰ ਇੱਕ ਚੈਲੰਜ ਮਿਲੇਗਾ ਦੂਸਰੀਆਂ ਧਿਰਾਂ ਵੱਲੋਂ ਇੱਕ ਜਨਤਕ ਪਲੇਟਫਾਰਮ ਤੇ। ਬਿਲਕੁਲ ਸਹੀ ਕਹਿ ਰਹੇ ਤੁਸੀਂ, ਬਿਲਕੁਲ ਸਹੀ, ਉਹ ਬਹੁਤ ਜਲਦੀ ਮਿਲਣ ਵਾਲਾ ਹੈ ਕਿ ਇਸੇ ਤਰ੍ਹਾਂ ਇੱਕ ਜਨਤਕ ਪਲੇਟਫਾਰਮ ਤੇ ਕੋਈ ਬਹਿਸ ਤੁਸੀਂ ਵੇਖੋਗੇ, ਬਹੁਤ ਵੱਡੀ ਬਹਿਸ ਹੈ, ਉਹਦੇ ਚ ਭਾਵੇਂ ਲੱਖਾ ਸਿਧਾਣਾ ਹੋਵੇ, ਡਾਕਟਰ ਗਾਂਧੀ ਹੋਵੇ, ਕੋਈ ਵੀ ਹੋਵੇ ABC, ਤਾਂ ਉਹ ਜ਼ਰੂਰ ਹੁਣ, ਕਿਉਂਕਿ ਕੱਲ ਇਹਨਾਂ ਨੇ ਰੱਖੀ ਸੀਗੀ ਲੱਖੇ ਸਿਧਾਣੇ ਹੋਰਾਂ ਨੇ, ਅੱਜ ਮਤਲਬ ਕਿ ਬਰਾਬਰ ਹੀ,
ਉਹ ਤਾਂ ਟਮਟਮਾ ਨਾਲ ਦਿੱਤਾ ਖਲਾਰ। ਮੈਨੂੰ ਰਾਤ ਕਿਸੇ ਨੇ ਦੱਸਿਆ ਸੀਗਾ ਕਿ ਜਿਹੜਾ ਹੋਟਲ ਵੀ ਬੁੱਕ ਕੀਤਾ ਉੱਥੋਂ ਵੀ ਇਹਨਾਂ ਨੇ ਚਕਾ ਚਕੂ ਦਿੱਤੇ ਉੱਥੇ ਜੋ ਵੀ ਇਹਨਾਂ ਨੇ ਬਣਾਇਆ ਸੀਗਾ ਪ੍ਰਬੰਧ। ਢੋਲਕੀਆਂ ਛਾਣੇ ਲੈ ਕੇ ਤੇ ਇੱਕ ਨੁੱਕੜ ਮੀਟਿੰਗਾਂ ਕਰਕੇ ਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਜਾਗਰਤ ਕਰਦੀ ਹੈ। ਉਹ ਤਾਂ ਤੁਹਾਨੂੰ ਨੁੱਕੜ ਮੀਟਿੰਗਾਂ ਤੋਂ ਉਸ ਵਕਤ ਸਰਕਾਰਾਂ ਨੇ ਰੋਕਿਆ ਨਹੀਂ, ਚਾਹੇ ਕਾਂਗਰਸ ਸੀ ਚਾਹੇ ਉੱਥੋਂ ਦੀ ਜਿਹੜੀ ਕੋਈ ਵੀ ਸਰਕਾਰ ਸੀ। ਤੁਸੀਂ ਸਟਿੰਗ ਓਪਰੇਸ਼ਨ ਕਰਨ ਵਾਲੇ ਹੋ, ਤੁਸੀਂ ਸਟਿੰਗ ਓਪਰੇਸ਼ਨ ਕਰਨ ਦੀ ਮਤਲਬ ਬਿਰਤ ਪਾਉਣ ਵਾਲੇ ਹੋ। ਤੁਸੀਂ ਲੋਕਾਂ ਨੂੰ ਕਹਿੰਦੇ ਹੋ ਕਿ ਅਸੀਂ ਲੋਕਾਂ ਨੂੰ ਸਵਾਲ ਪੱਤਰ ਕਰਨ, ਸਵਾਲਾਂ ਦਾ ਜਵਾਬ ਪੁੱਛਣ ਲਾ ਦਿੱਤਾ, ਲੋਕਾਂ ਨੂੰ ਸਵਾਲ ਪੁੱਛਣ ਲਾ ਦਿੱਤਾ, ਅਤੇ ਜੇ ਕੋਈ ਆਪਣੇ ਲੈਵਲ 'ਤੇ ਕੋਈ ਮੀਟਿੰਗ ਕਰਦਾ ਤਾਂ ਉੱਥੇ ਫਿਰ ਪਾਬੰਦੀਆਂ ਠੋਕਣੀਆਂ ਕਿੰਨੀਆਂ ਕੁ ਜਾਇਜ਼ ਨੇ? ਤੁਸੀਂ ਆਪਣੀ ਮੀਟਿੰਗ ਕਰੋ, ਮੀਟਿੰਗ ਹੀ ਹੈ ਨਾ ਤੁਹਾਡੀ, ਇਹਦੇ ਤੁਸੀਂ ਅਗਲੇ ਨੂੰ ਕਰਨ ਦਿਓ ਮੀਟਿੰਗ। ਤੁਸੀਂ ਕਿਹੜੀ ਯੂਟਿਊਬ 'ਤੇ ਲਾਈਵ ਕਰਨੀ ਆ? ਜੇ ਤੁਸੀਂ ਯੂਟਿਊਬ 'ਤੇ ਲਾਈਵ ਕਰਨੀ ਤਾਂ ਤੁਹਾਡਾ ਚਿਹਰਾ ਆਉਣਾ, ਤੁਹਾਡੇ ਹੀ ਬੰਦਿਆਂ ਨੇ ਦਿਖਾਉਣਾ ਤੁਹਾਨੂੰ, ਦੂਜੇ ਨੂੰ ਕਰਨ ਦਿਓ, ਪਤਾ ਲੱਗ ਜੂਗਾ ਦੁੱਧ ਦੁੱਧ ਪਾਣੀ ਦਾ ਪਾਣੀ, ਪੰਜਾਬ ਪੰਜਾਬ ਬੋਲਦਾ ਕਿੱਥੇ ਆ ਕਿੱਥੇ ਨਹੀਂ ਬੋਲਦਾ। ਕਿਉਂ ਜੀ ਨਹੀਂ, ਜ਼ਰਾ ਜੀ ਗੱਲ ਆ ਕਿ ਤੁਸੀਂ ਆਪਦੀ ਕਰੋ, ਜੇ ਕੋਈ ਉੱਥੇ ਕਰਦਾ ਤਾਂ ਕਰੋ। ਹੁਣ ਗੱਲ ਇਹ ਆ ਕਿ ਬਹਿਸ ਤੋਂ ਬਾਅਦ ਤੁਸੀਂ ਕਿਸੇ ਨੂੰ ਬੋਲਣ ਹੀ ਨਾ ਦਿਓ ਕਿ ਪੰਜਾਬ 'ਚ ਕੋਈ ਬੋਲੇ ਵੀ ਨਾ ਤੁਹਾਡੀ ਬਹਿਸ 'ਤੇ। ਸੋ ਗੱਲ ਇਹ ਆ ਕਿ ਕੋਈ ਗੱਲ ਨੀ, ਇਹਨਾਂ ਦਾ ਟਾਈਮ ਹੈ ਜੀ। ਜਿਵੇਂ ਉਹ ਕੱਲ ਸਰਦਾਰ ਸਾਹਿਬ ਆਏ ਸਨ, ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਜਿੱਥੇ ਇਹਨਾਂ ਦਾ ਜ਼ੋਰ ਪੈਂਦਾ ਨਾ ਘਾਟੇ ਵੀ ਨਹੀਂ ਕਰਦੇ। ਸੁਣਦੇ ਹੁਣ ਵੀ ਹੋਣਗੇ, ਕਾਲ ਕਰ ਲੈਣਗੇ 905-813-1320। ਕਹਿਣਗੇ ਵੀ ਕੀ ਹੁਣ ਕੀ ਕਹਿਣਗੇ ਕਿ ਆਹ ਗੱਲਾਂ ਠੀਕ ਨੇ। ਅਸੀਂ ਇਹ ਨੀ ਕਹਿੰਦੇ ਕਿ ਇਹਨਾਂ ਨਾਲ ਧੱਕਾ ਉੱਥੇ ਕੋਈ ਕੇਂਦਰ ਸਰਕਾਰ ਕਰੇ ਜਾਂ ਕਿਸੇ ਹੋਰ ਰਾਜ ਦੇ ਵਿੱਚ ਇਹਨਾਂ ਨਾਲ ਧੱਕਾ ਹੋਵੇ, ਪਰ ਮੈਂ ਗੱਲ ਕਹਿੰਦਾ ਕਿ ਆਹ ਵੇਖ ਲਓ, ਜੇ ਇਹਨਾਂ ਦੇ ਧੱਕੇ ਨੂੰ ਤੁਸੀਂ ਉਹਨਾਂ ਦੇ ਧੱਕੇ ਨਾਲ ਤੋਲਵਾ ਰੂਪ ਦੇ ਕੇ ਇੱਥੇ ਪੰਜਾਬੀਆਂ ਨੂੰ ਕਹਿੰਦੇ ਹੋ ਬਰਦਾਸ਼ਤ ਕਰ ਲਓ, ਤੇ ਫਿਰ ਤੁਸੀਂ ਆਪ ਵੀ ਹਿਸਾਬ ਲਾ ਲਓ ਕਿ ਤੁਸੀਂ ਕਿੱਥੇ ਖੜੇ ਹੋ। ਬਿਲਕੁਲ ਸਹੀ ਗੱਲ ਹੈ ਕਿ ਆਪਦਾ ਡਿਬੇਟ ਕਰੋ, ਕੋਈ ਚੱਕਰ ਨਹੀਂ ਹੈਗਾ, ਪਰ ਡਿਬੇਟ ਤੋਂ ਪਹਿਲਾਂ ਘਰ ਘਰ ਰੇਡ ਤੇ ਨਾ ਕਰੋ। ਡਿਬੇਟ ਕਰਨੀ ਹੈ ਜੋ ਮਰਜ਼ੀ ਕਰੋ, ਜੀ ਸਦਕੇ ਕਰੋ। ਕਈ ਡਿਬੇਟਾਂ ਅੱਗੇ ਵੀ ਹੋਈਆਂ ਨੇ ਚੈਨਲਾਂ ਤੇ ਹੋਈਆਂ ਨੇ, ਇਹਨੂੰ ਇਸ ਤਰ੍ਹਾਂ ਬਣਾ ਦਿੱਤਾ ਗਿਆ। ਅਸਲ ਦੇ ਵਿੱਚ ਕੀ ਆ, ਇਹ ਮਾਨ ਦਾ ਮਾਸਟਰ ਹੈ ਕੇਜਰੀਵਾਲ, ਤੇ ਕੇਜਰੀਵਾਲ ਦਾ ਮਾਸਟਰ ਹੈ ਨਰਿੰਦਰ ਮੋਦੀ। ਇਹਨਾਂ ਨੇ ਹਰੇਕ ਗੱਲ ਨੂੰ ਈਵੈਂਟ ਬਣਾਉਣਾ ਹੀ ਬਣਾਉਣਾ। ਸੋ ਇਹ ਇੱਕ ਈਵੈਂਟ ਬਣ ਗਿਆ, ਇਹਦੇ ਚੋਂ ਪੰਜਾਬ ਦਾ ਕੁਛ ਨੀ ਜੇ ਸੌਰਨਾ। ਮੈਨੂੰ ਤੁਸੀਂ ਦੱਸੋ, ਇਹ ਜਾਂ ਤੇ ਜੇ ਤੇ ਹੈਗੇ ਨੇ ਵਾਕਈ ਪੰਜਾਬ ਦੇ ਹਿਤੈਸ਼ੀ, ਮਾਨ ਸਾਹਿਬ ਹਿਤੈਸ਼ੀ ਕਹਿ ਲਓ, ਚਲੋ ਕੋਈ ਗੱਲ ਨੀ, ਜੋ ਵੀ ਕਹਿਣਾ ਤੁਸੀਂ ਕਹਿ ਦੋ, ਸਵਾਦ ਤੇ ਤਾਂ ਆ ਅੱਜ ਉੱਥੋਂ ਇੱਕ ਗਰੰਟੀ ਦੇ ਕੇ ਉੱਠਣ ਕਿ ਜੇ ਮੰਨ ਲਓ ਕੱਲ ਨੂੰ ਲਾ ਕੇ ਆਰਮੀ, ਜਿਵੇਂ ਅੱਗੇ ਕਸ਼ਮੀਰੀਆਂ ਨੂੰ ਵੀ ਇੱਕ ਬੜੇ ਵੱਡੇ ਭੁਲੇਖੇ ਪਾਏ ਗਏ ਸੀਗੇ, ਯਾਦ ਹੈ ਨਾ ਤੁਹਾਨੂੰ, 370 ਅਗਲਿਆਂ ਨੇ ਜਦੋਂ ਤੋੜੀ ਤੇ 2.5 ਸਾਲ ਇੱਕ ਤਰ੍ਹਾਂ ਨਾਲ ਓਪਨ ਜੇਲ੍ਹ ਬਣਾ ਕੇ ਕਸ਼ਮੀਰ ਨੂੰ ਤੇ ਉਹਨਾਂ ਨੂੰ ਤਾੜੀ ਰੱਖਿਆ, ਕਿਸੇ ਨੇ ਚੋਣ ਨਹੀਂ ਕੀਤੀ ਉਹਨਾਂ ਦੇ। ਮਿੰਟੂ ਜੀ ਕੀ ਇਹ ਸ਼ੁਰੂ ਹੋ ਚੁੱਕੀ ਹੈ? ਇੱਕ ਮਿੰਟ, ਜੇ ਮੰਨ ਲਓ ਕੱਲ ਨਹੀਂ ਸ਼ੁਰੂ ਹਜ਼ੂਰ ਕਰਨੀ ਹੈ ਕੇਂਦਰ ਨੇ, ਨਹੀਂ ਡਿਬੇਟ ਤੇ ਹਾਲੇ ਸ਼ੁਰੂ ਹੋਣੀ ਹੈ 11-12 ਵਜੇ, ਹਾਲੇ ਤੇ ਉੱਠੇ ਨੀ ਹੋਣੇ ਸਾਹਿਬ। ਅੱਛਾ ਗੱਲ ਇਹ ਆ ਕਿ ਬਈ ਇਹ ਅੱਜ ਉੱਥੋਂ ਗਰੰਟੀ ਦੇ ਕੇ ਉੱਠਣ ਕਿ ਜੇ ਮੰਨ ਲਓ ਐਸੀ ਸੂਰਤ ਹਾਲ ਬਣੀ, ਕਿਉਂਕਿ ਹੁਣ ਕਰਨਾ ਕੇਂਦਰ ਨੇ ਆ, ਇਹ ਤੇ ਐਵੇਂ ਲੱਲੂ ਪੰਜੂ ਗੱਲਾਂ ਨੇ, ਮੈਂ ਤੁਹਾਨੂੰ ਐਵੇਂ ਦੱਸਾਂ, ਜਿਹੜੀਆਂ ਅਸੀਂ ਕਰੀਏ ਤੇ ਸਿਆਸਤਦਾਨ ਕਰਨ, ਇਹ ਲੱਲੂ ਪੰਜੂ ਗੱਲਾਂ ਹੀ ਨੇ ਇਸ ਟਾਈਮ, ਕਿਉਂਕਿ ਸੁਪਰੀਮ ਕੋਰਟ ਚੋਂ ਆਰਡਰ ਆ, ਆਰਡਰ ਨੂੰ ਐਗਜੀਕਿਊਟ ਕਰਨ ਦਾ ਜਿਹੜਾ ਦਾਰੋਮਦਾਰ ਹੈ ਉਹ ਕੇਂਦਰ ਤੇ ਆ। ਤੇ ਫਰਜ਼ ਕਰੋ ਕਿ ਕੋਰੋਨਾ ਚ ਲੱਗੇ ਸੀਗੇ ਨਾ, ਘਰਾਂ ਚ ਤਾੜੇ ਸੀ, ਅੰਮ੍ਰਿਤਪਾਲ ਸਿੰਘ ਵੇਲੇ ਤਾੜੇ ਸੀ ਕਿ ਨਹੀਂ ਤਾੜੇ ਸੀ, ਦੱਸੋ ਮੈਨੂੰ। ਤੇ ਜੇ ਹੁਣ ਤੀਜੀ ਵਾਰੀ ਚੜ੍ਹ ਕੇ ਆ ਗਏ ਭਗਵੰਤ ਮਾਨ, ਗਰੰਟੀ ਦੇ ਕੇ ਉੱਠਣ ਕਿ ਮੈਂ ਆਪਦੀ ਚੰਡੀਗੜ੍ਹ ਵਾਲੀ ਕੋਠੀ ਚੋਂ ਰਾਜਪੁਰੇ ਪਹੁੰਚਾਂਗਾ, ਉੱਥੇ ਟੈਂਕ ਆਉਣ ਜੋ ਮਰਜ਼ੀ ਆਉਣ ਮੈਂ ਦਊਂਗਾ ਸਿਰ। ਹਰ ਵਾਰੀ ਲੋਕਾਂ ਦੇ ਮੁੰਡਿਆਂ ਨੇ ਸੁੱਖਿਆ ਕਿ ਉਹ ਮਾਰਨ ਜਾਂ ਮਰਾਉਣ ਦੇ ਸਕਦੇ ਆ ਗਰੰਟੀ ਇਹ 92। ਅੱਗੇ ਜਿਵੇਂ ਬੰਦ ਹੋਈ ਸੀ SYL ਕਿ ਅਸੀਂ ਆਰਮੀ ਤੋਂ ਬੰਦ ਕਰਾ ਦਿਆਂਗੇ, ਹੈ ਦਮ
ਇਹ ਗਰੰਟੀ ਦੇ ਕੇ ਉੱਠੋ ਕਿ ਜੇ ਬਾਈ ਕੱਲ ਨੂੰ ਹੁਣ ਕਿਉਂਕਿ ਸਾਡੇ ਕੋਲ ਚੜੇ ਕਾਨੂੰਨੀ ਪੱਤੇ ਤੇ ਖਤਮ ਹੋ ਗਏ, ਜੇ ਆਏ ਚੜ ਕੇ ਤੇ ਸਾਡੇ ਸਿਰ ਹੋਣਗੇ ਟੈਂਕਾਂ ਦੇ ਥੱਲੇ, ਸਾਡੀਆਂ ਛਾਤੀਆਂ ਹੋਣਗੀਆਂ ਸੰਗੀਨਾਂ ਦੇ ਕੇ। ਹੈ ਜੁਰਤ, ਹੈ ਦਮ, ਹੈ ਅਣਖ, ਦੋਸਤੋ ਤੁਸੀਂ ਸੁਣ ਰਹੇ ਹੋ ਮਿੰਟੂ ਗੁਰਸਰੇ ਜੀ ਬਹਿਸ ਤੋਂ ਐਨ ਪਹਿਲਾਂ ਜਾਖੜ ਦਾ ਕਿਨਾਰਾ। ਕੱਲ ਮੈਂ ਪੰਜਾ ਸਾਹਿਬ ਦੇ ਸਾਕੇ ਦੀ ਗੱਲ ਕੀਤੀ ਸੀ ਤੇ ਉਹਦੇ ਚ ਭਾਈ ਪ੍ਰਤਾਪ ਸਿੰਘ ਤੇ ਕਰਤਾਰ ਸਿੰਘ ਹੁਣਾਂ ਦਾ ਜਹਿਦਰ ਕਰਤਾਰ ਸਿੰਘ ਹੁਣਾਂ ਦਾ ਜ਼ਿਕਰ ਆਇਆ ਸੀਗਾ। ਉਹ ਇਕੱਲਾ ਪ੍ਰਸ਼ਾਦਾ ਨਹੀਂ ਸੀ ਬਣਾ ਕੇ ਲੈ ਕੇ ਗਏ, ਇਤਿਹਾਸ ਦੇ ਪੰਨਿਆਂ ਦੇ ਵਿੱਚ ਹੈ। 30 ਅਕਤੂਬਰ ਉਹ ਇਕੱਲਾ ਪ੍ਰਸ਼ਾਦਾ ਨਹੀਂ ਸੀ ਬਣਾ ਕੇ ਲਿਆਏ, ਕਿਉਂਕਿ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਲੋਕ ਦੂਰੋਂ ਦੂਰੋਂ ਆਉਂਦੇ ਸਨ ਤੇ ਉਹਨਾਂ ਨੇ ਗੱਡੀ ਦੇ ਟਰੈਕ 'ਤੇ ਆਪਣੇ ਸਿਰ ਵੀ ਰੱਖ ਦਿੱਤੇ ਸਨ। ਆਗੂ ਸੀ ਦੋ ਜਥੇਦਾਰ ਘੁਆਏ, ਜਥੇਦਾਰ ਸੀ। ਆਗੂ ਬਣਨਾ ਬੜਾ ਅੱਜ ਕੱਲ੍ਹ ਦੇ ਤਰੀਕੇ 'ਚ ਆਸਾਨ, ਪਰ ਆਗੂ ਦੀ ਡਿਊਟੀ ਨਿਭਾਉਣੀ ਬੜੀ ਔਖੀ ਹੈ। ਤੁਸੀਂ ਆ ਜਿਹੜੀ ਗੱਲ ਕਹੀ ਕਿ ਅਸੀਂ ਜਾਵਾਂਗੇ ਅੱਗੇ, ਲੱਗੂਗਾ ਕੋਈ? ਮਾਵਾਂ ਦੇ ਪੁੱਤ ਕਿੰਨਾ ਚਿਰ ਮਰਵਾਉਣਗੇ? ਇਹਨਾਂ ਨੂੰ ਪੱਥਰੀ ਦਾ ਦਰਦ ਹੋ ਜਾਣਾ ਜੇ ਦਾਖਲ ਹੋ ਜਾਣਗੇ ਕਿਤੇ ਜਾ ਕੇ। ਅੱਛਾ, ਜਿਹੜਾ ਇੱਕ ਮਿੰਟੂ ਜੀ ਆਮ ਅੱਜ ਬੜਾ ਵੱਡਾ ਕੇਸ ਸਾਹਮਣੇ ਆ ਰਿਹਾ ਕਿ ਇੱਕ ਖੂਨ ਟੇਪਿੰਗ ਦਾ ਮਾਮਲਾ, ਮੈਂ ਖਬਰ ਵੀ ਸੁਣਾਈ ਹੈ, ਵੈਸੇ ਤੁਹਾਡਾ ਨਜ਼ਰੀਆ, ਤੁਹਾਡਾ ਆਪਣਾ ਪ੍ਰਤੀਕਰਮ ਹੋ ਸਕਦਾ। ਜਸੂਸੀ ਦੇ ਮਾਮਲੇ 'ਤੇ ਭਾਜਪਾ ਨੇ ਤਾਂ ਪੱਲਾ ਝਾੜਤਾ, ਉਲਟਾ ਵਿਰੋਧੀ ਧਿਰ 'ਤੇ ਦੋਸ਼ ਮਾਰ ਦਿੱਤਾ। ਜਾਓ ਜਾ ਕੇ ਐਫ ਆਈ ਆਰ ਦਰਜ ਕਰਾਓ। ਭਾਜਪਾ ਤੇ ਪੈਗਾਸਸ ਵਾਲੇ ਮਾਮਲੇ 'ਚ ਵੀ ਇਹੀਓ ਕਹਿੰਦੀ ਸੀ ਤੇ ਪੈਗਾਸਸ ਤੇ ਸੁਪਰੀਮ ਕੋਰਟ ਨੇ ਬਣਾਈ ਸੀ ਕਮੇਟੀ ਤੇ ਕਮੇਟੀ ਨੇ ਆ ਕੇ ਖੁਦ ਸੁਪਰੀਮ ਕੋਰਟ 'ਚ ਰਿਕਾਰਡ 'ਚ ਦਰਜ ਕਰਵਾਇਆ ਕਿ ਸਾਨੂੰ ਕੋਈ ਸਹਿਯੋਗ ਸਹਿਯੋਗ ਨਹੀਂ ਕਰਦਾ। ਜਦੋਂ ਮਾਮਲਾ ਇੰਟਰਨੈਸ਼ਨਲੀ ਇਸ ਤਰ੍ਹਾਂ ਜੁੜਿਆ ਹੋਵੇ ਸਪਾਇੰਗ ਦੇ ਨਾਲ ਜਾਂ ਜਸੂਸੀ ਦੇ ਨਾਲ ਜਾਂ ਜੋ ਇਹ ਹੈਕਿੰਗ, ਅੱਜ ਕੱਲ੍ਹ ਇਹ ਸ਼ਬਦ ਹੈਕਿੰਗ ਇਸਤੇਮਾਲ ਕੀਤਾ ਜਾਂਦਾ ਹੈ, ਤੇ ਫਿਰ ਸਰਕਾਰ ਜਾਂ ਸਰਕਾਰ ਦੀ ਏਜੰਸੀ 'ਚ ਸਹਿਯੋਗ ਹੀ ਨਹੀਂ ਕਰਦੀ ਤੇ ਉੱਥੇ ਖੇਹ ਦੀ ਮਿੱਟੀ ਜਾਂਚ ਹੋਣੀ ਆ। ਹੁਣ ਇਸੇ ਤਰ੍ਹਾਂ ਉਲਝ ਕੇ ਦੇਖੋ ਜਿਹੜਾ ਐਪਲ ਆ ਨਾ, ਐਪਲ ਦਾ ਜਿਹੜੇ ਮਤਲਬ ਕਿ ਸਿਕਿਉਰਿਟੀ ਫੀਚਰ ਹੈ ਉਹ ਬੜੇ ਦਮਦਾਰ ਆ। ਮੈਂ ਤੇ ਕਦੇ ਯੂਜ਼ ਨਹੀਂ ਕੀਤਾ, ਮੈਂ ਤੁਹਾਨੂੰ ਐਵੇਂ ਕਹਾਂ, ਪਰ ਜਿੰਨੀ ਕੋਈ ਜਾਣਕਾਰੀ ਆ ਆਈਫੋਨ, ਠੀਕ ਹੈ, ਸਾਡੇ ਤੇ ਇੱਧਰ ਇੱਕ ਬੜਾ ਉਹ ਇੱਕ ਸਟੇਟਸ ਸਿੰਬਲ ਹੈ ਉਹ, ਤੇ ਗੱਲ ਆ ਕਿ ਉਹਦੀ ਸਿਕਿਉਰਿਟੀ ਕਰਕੇ ਹੀ ਬਹੁਤ ਸਾਰੇ ਲੋਕ ਰੱਖਦੇ ਆ ਉਹਨੂੰ। ਹੁਣ ਰੌਲਾ ਤੇ ਇਸ ਗੱਲ ਦਾ ਇਹ ਆ ਕਿ ਐਪਲ ਜਿਹੜਾ ਆ ਉਹ ਇਸ ਤਰ੍ਹਾਂ ਦੇ ਮੈਸੇਜ ਅਲਰਟ ਤੇ ਭੇਜ ਦਿੰਦਾ ਹੋਊਗਾ, ਪਰ ਇਸ ਤੋਂ ਅਗਲੀ ਜਾਣਕਾਰੀ ਤੇ ਨਹੀਂ ਨਾ ਦਿੰਦਾ ਹੋਏਗਾ, ਕਿਉਂਕਿ ਅਗਾਂਹ ਉਹ ਜੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਦੇਵੇਗਾ ਤੇ ਫਿਰ ਗਾਂਹ ਹੋਰ ਤੋੜ ਨਿਕਲ ਜਾਣਗੇ। ਹੈਕਰ ਤਾਂ ਉਸ ਮਤਲਬ ਕਿ ਜਿਹੜਾ ਇਹਨਾਂ ਦਾ ਕੋਈ ਖੁਲਾਸਾ ਹੋਏਗਾ ਉਹਦੇ ਤੋਂ ਗਾਂਹ ਫਿਰ ਹੋਰ ਤੋੜ ਲੱਭ ਲੈਣਗੇ, ਸਮਝਦੇ ਹੋ ਨਾ। ਐਪਲ ਵੀ ਬੜੀ ਇੱਕ ਸੀਮਿਤ ਜਾਣਕਾਰੀ ਦੇ ਸਕਦਾ ਹੈ ਕਿ ਹਾਂ ਬਈ ਆਹ ਕੁਛ ਹੋ ਰਿਹਾ ਜਾਂ ਇੰਨਾ ਕੁ ਕੁਛ ਹੀ ਆ। ਹੁਣ ਕਿਸ ਸੋਫਟ, ਕਿਉਂਕਿ ਐਪਲ ਨੂੰ ਜੇ ਮਾਤ ਦੇਣੀ ਹੈ ਤਾਂ ਉਹਦੇ ਵਾਸਤੇ ਸੋਫਟਵੇਅਰ ਜਿਹੜੇ ਆ ਉਹ ਸਧਾਰਨ ਹੈਕਰ ਤਾਂ ਨਹੀਂ ਮੈਨੂੰ ਲੱਗਦਾ ਕਿ ਡਿਵੈਲਪ ਕਰ ਸਕਦਾ ਜਾਂ ਉਹਦੇ ਕੋਲ ਹੋਣਗੇ, ਸਧਾਰਨ ਬੰਦਾ ਖਰੀਦ ਸਕਦਾ ਉਹ, ਕੀ ਸਮਝੇ? ਮਤਲਬ ਕਿ ਉਹ ਤਾਂ ਬਹੁਤ ਫਿਰ ਕੋਸਟਲੀ ਚੀਜ਼ਾਂ ਨੇ ਉਹ, ਜੇ ਉਹਨਾਂ ਦੇ ਸਿਕਿਉਰਿਟੀ ਸਿਸਟਮ ਦੇ ਵਿੱਚ ਵੜਨ ਦਾ ਕੋਈ ਯਤਨ ਕਰਦਾ ਆ ਜਾਂ ਵੜਨ 'ਚ ਕਾਮਯਾਬ ਜਾਂ ਨਾਕਾਮਯਾਬ ਹੁੰਦਾ ਹੈ। ਇਟ ਮੀਨ ਕਿ ਉਹ ਬਹੁਤ ਵੱਡੀ ਗੇਮ ਹੈ, ਤੇ ਵੱਡੀ ਗੇਮ ਕੋਈ ਸਧਾਰਨ ਬੰਦਾ ਕਿਉਂ ਲਾਏਗਾ, ਤੇ ਉਹਦੇ ਕੋਲ ਲਾਉਣ ਜੋਗੇ ਵਸੀਲੇ ਕਿੱਥੋਂ ਆਉਣਗੇ? ਬਿਲਕੁਲ ਬਿਲਕੁਲ। ਤੇ ਫਿਰ ਉਹ ਸਾਰਾ ਕੁਛ ਵੱਡੇ, ਹੁਣ ਰਾਹੁਲ ਗਾਂਧੀ ਦਾ ਟੈਲੀਫੋਨ ਨੰਬਰ ਆਮ ਬੰਦੇ ਦੀ ਪਹੁੰਚ 'ਚ ਥੋੜੀ ਹੈ। ਕਾਂਗਰਸ ਦੇ ਵੱਡੇ ਲੀਡਰਾਂ ਨੂੰ, ਪੰਜਾਬ ਦੇ ਪੁੱਛ ਲਓ, ਰਾਹੁਲ ਗਾਂਧੀ ਦਾ ਨੰਬਰ 1% ਕੋਲ ਹੋਏਗਾ, ਔਰ ਰਾਹੁਲ ਗਾਂਧੀ ਕਦੇ ਵੀ ਰੈਗੂਲਰ ਕਾਲ ਨਹੀਂ ਕਰਦਾ, ਜਿਹੜੀ ਆ ਟੈਲੀਫੋਨ ਕਾਲ ਅਸੀਂ ਕਰਦੇ ਹਾਂ। ਆਹ ਵਟਸਐਪ ਕਾਲ ਵੀ ਨਹੀਂ ਚੱਲਦੀ ਅੱਜ ਕੱਲ੍ਹ, ਅੱਜ ਕੱਲ੍ਹ ਹੋਰ ਕੁਛ ਐਪਸ ਨੇ, ਮੈਂ ਉਹਨਾਂ ਦਾ ਨਾਂ ਲੈਣ ਤੋਂ ਗੁਰੇਜ਼ ਕਰਦਾ, ਕਿ ਕਾਲਿੰਗ ਜਾਂ ਮੈਸੇਜਿੰਗ ਲਈ ਉਹ ਵਰਤੀਆਂ ਜਾਂਦੀਆਂ ਨੇ। ਸੋ ਕਹਿਣ ਦਾ ਮਤਲਬ ਇਹੋ ਆ ਕਿ ਇਹ ਮਾਮਲਾ ਠੀਕ ਆ, ਕੇਂਦਰ ਸਰਕਾਰ ਕਹਿੰਦੀ ਆ ਕਿ ਇਹ ਦੂਜੇ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਸਤੇ ਇਸ ਤਰ੍ਹਾਂ ਦੇ ਬੇਬੁਨਿਆਦ ਬੇਤੁਕੇ
दोष ला रहे हैं। एप्पल ने अपना स्पष्टीकरण दिता है, हुण अगां की हुंदा है, जांच पड़ताल कहिंदे जी असीं करवावांगे। पर मसला तो यो है कि ये चीजा वापर रही ने, यह तो यह कहते हैं कि तुहाडा डाटा भी प्रोटेक्ट है पूरा, तो साडा 80 करोड़ भारतीयों का डाटा आ जिहड़ा कोविड के दौरान कलैक्ट किया ICMR ने, इंडियन काउंसल फॉर मैडिकल रिसर्च, ਉਹਨਾਂ ਦਾ ਡਾਟਾ ਡਾਰਕ ਵੈਬ ਤੇ ਵਿਕ ਰਿਹਾ ਜੀ 80,000 ਡਾਲਰ ਚ। ਖਬਰ ਬੜੀ ਵੱਡੀ ਸੀ, ਖਬਰ ਹੈ ਹਾਂਜੀ, ਵਿਕ ਰਿਹਾ 81 ਕਰੋੜ ਦੀ ਜਾਣਕਾਰੀ ਜਿਹੜੀ ਆ ਉਹ ਖੁੱਲੇ ਬਾਜ਼ਾਰ ਚ ਉੱਥੇ ਪਈ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹਦੀ ਵਾਕਿਆ ਜਾਂਚ ਪੜਤਾਲ ਹੋਣੀ ਚਾਹੀਦੀ ਆ, ਪਰ ਜਾਂਚ ਪੜਤਾਲ ਜਦੋਂ ਕੇਂਦਰ ਸਰਕਾਰ ਨੇ ਕਰਵਾਉਣੀ ਹੈ ਤੇ ਕੇਂਦਰ ਸਰਕਾਰ ਨੇ ਗਾ ਸਹਿਯੋਗ ਨਹੀਂ ਕਰਨਾ ਤੇ ਕਾਹਦੀ ਜਾਂਚ ਪੜਤਾਲ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਬਿਲਕੁਲ ਸਹੀ ਕਹਿ ਰਹੇ ਹੋ। ਇਸ ਕਰਕੇ ਇਹ ਕੋਈ ਮਾਮਲਾ ਸਧਾਰਨ ਮਾਮਲਾ ਨਹੀਂ ਹੈ। ਐਪਲ ਦੀ ਸਿਕਿਉਰਿਟੀ ਜੇ ਬ੍ਰੀਚ ਕਰਨ ਦਾ ਯਤਨ ਕੀਤਾ ਗਿਆ ਤਾਂ ਡੈਫੀਨੇਟਲੀ ਉਹਦੇ ਪਿੱਛੇ ਕੋਈ ਗੇਮ ਵੱਡੀ ਆ। ਮੈਂ ਨਹੀਂ ਕਹਿੰਦਾ ਕਿ ਸਰਕਾਰ ਹੀ ਹੈ, ਤਾਂ ਸਰਕਾਰ ਨੂੰ ਪਤਾ ਲਾਉਣਾ ਚਾਹੀਦਾ ਜੇ ਉਹ ਨਹੀਂ ਹੈ ਤਾਂ ਫਿਰ ਕਿਹੜੀ ਵੱਡੀ ਹੋਰ ਸਰਕਾਰ ਕਿਹੜੀ ਵੱਡੀ ਆ ਗਈ ਜੋ ਇੰਡੀਆ ਦੀ ਓਪੋਜੀਸ਼ਨ ਨੂੰ ਟਾਰਗੇਟ ਕਰਨ ਡਈ ਆ। ਬਿਲਕੁਲ 9058131320905813-1313-2020 ਅਗਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ। ਪੰਜਾਬ ਸਮੇਤ 2 ਸੂਬੇ ਰਾਜਪਾਲ ਖਿਲਾਫ਼ ਸੁਪਰੀਮ ਕੋਰਟ ਪਹੁੰਚੇ ਨੇ, ਕੀ ਕਹਿਣਾ ਚਾਹੋਗੇ? ਹਾਂਜੀ, ਇੱਕ ਨੌਰਥ ਦਾ ਇੱਕ ਸਾਊਥ ਦਾ। ਨੌਰਥ ਦਾ ਪੰਜਾਬ ਹੈ, ਸਾਊਥ ਦਾ ਤਾਮਿਲਨਾਡੂ ਹੈ। ਅੱਛਾ ਜੀ, ਦੋਵੇਂ ਦੁਖੀ ਆ, ਇਕੱਠੇ ਹੋ ਗਏ ਨੇ, ਕਹਿੰਦੇ ਭਰਾਵਾ ਮੈਂ ਵੀ ਦੁਖੀ ਤੂੰ ਵੀ ਦੁਖੀ। ਤੇ ਦੁਖੀ ਕਿਹਦੇ ਤੋਂ? ਕਹਿੰਦੇ ਜੀ ਇੱਕੋ ਹੀ ਅਹੁਦੇ ਤੋਂ ਦੁਖੀ ਆ, ਗਵਰਨਰ ਤੋਂ। ਤੇ ਦੋਵੇਂ ਹੁਣ ਗਏ ਚਲੇ ਨੇ ਸੁਪਰੀਮ ਕੋਰਟ ਦੀ ਚੌਖਟ ਚ। ਸੁਪਰੀਮ ਕੋਰਟ ਚ ਜਾ ਕੇ ਤੇ ਦੇਖੋ, ਪੰਜਾਬ ਦਾ ਕੇਸ ਅੱਡ ਹੋ ਜਾਊਗਾ, ਤਾਮਿਲਨਾਡੂ ਦਾ ਕੇਸ ਅੱਡ ਹੋ ਜਾਊਗਾ, ਪਰ ਦੋਨਾਂ ਕੇਸਾਂ ਦੇ ਵਿੱਚ ਸਮਾਨਤਾ ਇਹੋ ਆ ਕਿ ਉਹਨਾਂ ਨੇ ਵੀ ਆਪਣੇ ਰਾਜਪਾਲ ਤੇ ਇਹ ਦੋਸ਼ ਮੜਿਆ ਵਾ ਕਿ ਸਾਡੇ ਕਈ ਬਿੱਲ, ਉਹਨਾਂ ਦੇ ਤਾਂ ਤਕਰੀਬਨ 2 ਦਰਜਨ ਬਿੱਲ ਆ ਕਿ ਬਈ ਉਹ ਪਾਸ ਨਹੀਂ ਕਰ ਰਹੇ, ਉਹ ਰੱਖ ਕੇ ਬੈਠੇ ਆ। ਤੇ ਦੂਏ ਪਾਸੇ ਜਿਹੜਾ ਇੱਥੋਂ ਦਾ ਮਾਹੌਲ ਆ, ਉਹਦੇ ਤੋਂ ਤਾਂ ਸਾਰੇ ਹੀ ਜਾਣੋ ਜੇ ਤੁਸੀਂ, ਕਿ ਇੱਥੇ ਵੀ ਸੂਰਤ ਹਾਲ ਇਹ ਆ ਕਿ ਅੱਜ ਇੱਕ ਖਬਰ ਚੱਲਦੀ ਪਈ ਆ ਕਿ 2 ਮਣੀ ਬਿੱਲ ਤੇ ਇਹਨਾਂ ਨੇ ਪਾਸ ਕਰ ਦਿੱਤੇ ਰਾਜਪਾਲ ਨੇ, ਕਿਉਂਕਿ ਚਿੱਠੀ ਲਿਖ ਦਿੱਤੀ ਪਹਿਲਾਂ ਸੁਪਰੀਮ ਕੋਰਟ ਚ ਜਾ ਕੇ ਜਵਾਬ ਜੂ ਦਾਖਲ ਕਰਨਾ ਸੀਗਾ। ਤੇ ਬੜੀ ਚਲਾਕੀ ਵਰਤੀ ਰਾਜਭਵਨ ਨੇ, ਦਵਾ ਦਾ ਪੱਤਰ ਲਿਖ ਦਿੱਤਾ ਜੀ ਕਿ ਤੁਹਾਡੇ ਬਿੱਲਾਂ ਤੇ ਵਿਚਾਰ ਹੋ ਰਿਹਾ, ਤੁਸੀਂ ਚਿੰਤਾ ਨਾ ਕਰੋ, ਜਨਤਾ ਦੇ ਹਿੱਤ ਚ ਜਿਹੜੇ ਫੈਸਲੇ ਲੈ ਕੇ ਉਹਨਾਂ ਤੇ ਵਿਚਾਰ ਹੋ ਰਿਹਾ। ਸੋ ਇਦਾਂ ਦੀਆਂ ਗੱਲਾਂ ਜਿਹੜੀਆਂ ਹੋਈਆਂ, ਹੁਣ 2 ਮਣੀ ਬਿੱਲਾਂ ਤੇ ਜਿਹੜੀ ਆ ਮੋਹਰ ਲਾਉਣ ਦੀ ਵੀ ਖਬਰ ਆ ਰਹੀ ਆ। ਪਰ ਮਸਲਾ ਜਿਹੜਾ ਹੈ ਉਹ ਹੈ ਕਿ ਸੈਸ਼ਨ ਜਿਹੜਾ ਹੋਇਆ, ਚਾਹੇ ਉਹ ਜੂਨ ਵਾਲਾ ਤੇ ਚਾਹੇ ਅਕਤੂਬਰ ਵਾਲਾ, ਕੀ ਉਹ ਸੰਵਿਧਾਨਕ ਹੈ ਜਾਂ ਗੈਰ ਸੰਵਿਧਾਨਕ ਹੈ ਜੀ? ਤੇ ਹੁਣ ਗੱਲ ਇਹ ਆ ਕਿ ਜੇ ਗੈਰ ਸੰਵਿਧਾਨਕ ਹੈ ਤੇ ਫਿਰ ਮਣੀ ਸੋਧ ਜਿਹੜੇ ਆ, ਮਣੀ ਬਿੱਲ ਆ, ਇਹ ਪਾਸ ਕਿਵੇਂ ਕਰ ਦਿੱਤੇ ਗਏ ਨੇ? ਇਹ ਸ਼ਾਇਦ ਇਸ ਕਰਕੇ ਕੀਤੇ ਗਏ ਆ ਕਿਉਂਕਿ ਰਾਜਪਾਲ ਉਹੀ ਸੋਚ ਰਹੇ ਆ ਜੋ ਮੈਂ ਸਮਝਣ ਦਾ ਯਤਨ ਕੀਤਾ ਸੀਗਾ ਸ਼ੁਰੂ ਤੋਂ ਹੀ, ਕਿ ਇਹ ਜਿਹੜਾ ਸੈਸ਼ਨ ਇਹਨਾਂ ਨੇ ਲਿਆਂਦਾ ਤਾਂ ਉਹ ਬਜਟ ਸੈਸ਼ਨ ਦੇ ਤਹਿਤ ਜਿਹੜਾ ਕੋਈ ਮੰਨ ਲਓ ਤੁਸੀਂ ਕੰਮ ਕਰਨਾ ਹੈ ਉਹ ਬਜਟ ਨਾਲ ਜੁੜਿਆ ਤਾਂ ਹੋ ਸਕਦਾ ਆ, ਪਰ ਦੂਸਰਾ ਕੰਮ ਨਹੀਂ ਕੀਤਾ ਜਾ ਸਕਦਾ ਜੇ ਤੁਸੀਂ ਉਹਨੂੰ ਐਕਸਟੈਂਡ ਕਰਕੇ ਵੀ ਲਿਆਓਗੇ। ਤਾਂ ਮੈਨੂੰ ਇਉਂ ਲੱਗਦਾ ਕਿ ਉੱਥੇ ਜਾ ਕੇ ਇਹਨਾਂ ਤਿੰਨਾਂ ਧਿਰਾਂ ਦੀ, ਯਾਨੀ ਉਧਰੋਂ ਇੱਕ ਪਾਸੇ ਗਵਰਨਰ ਆ, ਉਸ ਤੇ ਦੂਜੇ ਪਾਸੇ 2 ਸਰਕਾਰਾਂ, ਤਿੰਨਾਂ ਧਿਰਾਂ ਦੀ ਲੜਾਈ ਰੌਚਕ ਹੋਣ ਵਾਲੀ ਆ। ਪਰ ਸੋਚ ਕੇ ਵੇਖੋ ਜੇ ਅੱਜ ਕਾਲ ਲੈ ਲੈਣੇ। ਮਿੰਟੂ ਜੀ ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਮਿੰਟੂ ਸਾਹਿਬ ਜੀ। ਸਵਾਲ ਆ ਵੀ ਜਿਹੜੀ ਅੱਜ ਇਹਨਾਂ ਦੀ ਹੋ ਰਹੀ ਆ ਕਾਨਫਰੰਸ ਜਾਂ ਬਹਿਸ, ਉਹਦੇ ਵਿੱਚ ਕੋਈ ਬੰਦਾ ਇਹਨਾਂ ਨੂੰ ਸੀਐਮ ਸਾਹਿਬ ਨੂੰ ਇਹ ਵੀ ਸਵਾਲ ਪੁੱਛੂਗਾ ਵੀ ਪੰਜਾਬ 'ਚ ਜਿਹੜਾ ਇੰਨਾ ਨਜਾਇਜ਼ ਅਸਲਾ ਕਿਹੜੀ ਸਟੇਟ 'ਚੋਂ ਆ ਰਿਹਾ ਤੇ ਜਿੰਨੇ ਬੰਦੇ ਮਰ ਰਹੇ ਇਹਨੂੰ ਰੋਕਣ ਲਈ ਕੀ ਕਰ ਰਹੇ ਹੋ, ਕੋਈ ਇਸ ਤਰ੍ਹਾਂ ਦਾ ਸਵਾਲ ਪੁੱਛੂਗਾ ਕਿ ਇਹ ਇਹਦੇ ਤੋਂ ਬਾਹਰ ਹੈ ਕਿ ਇਸ ਥੱਲੇ SIL ਤੇ ਪੁੱਛਣੇ ਨੇ। ਚਲੋ ਵੈਸੇ ਵੇਖੋ ਜਵਾਬ ਆ, ਮਿੰਟੂ ਸਾਹਿਬ ਤੱਕ ਦੇ ਦੇਣਗੇ। ਉਹਨਾਂ ਨੇ ਤੇ ਇਹੋ ਕਹਿਣਾ ਕਿ ਇਹ ਬੰਦੇ ਫਲਾਣੀ ਸਰਕਾਰ ਚ ਇੰਨੇ ਮਰਦੇ ਸੀ, ਸਾਡੀ ਚ ਇੰਨੇ ਮਰਦੇ ਨੇ, ਉਹ ਅੰਕੜੇ ਚੱਕ ਕੇ ਵਿਖਾ ਦੇਣਗੇ ਤੁਹਾਨੂੰ। ਜਿਵੇਂ ਨਸ਼ਾ ਚ ਉਹ ਕਹਿੰਦੇ ਜੀ ਨਸ਼ਾ ਉਹਨਾਂ ਦੇ ਰਾਜ ਦੇ ਵਿੱਚ ਤੇ 4 ਕੁਇੰਟਲ ਫੜੀਦਾ ਹੋਊਗਾ, ਮਹੀਨੇ ਦਾ ਅਸੀਂ 8 ਫੜੀ ਜਾਂਦੇ ਹਾਂ। ਗੱਲ ਇਹ ਆ ਕਿ ਉਹਨਾਂ ਨੇ ਕੋਈ ਮੰਨਣਾ ਥੋੜੀ ਆ। ਲਾਅ ਐਂਡ ਆਰਡਰ ਬੇਸਿਕਲੀ ਸਾਡੇ ਮਾਹੌਲ ਨੂੰ ਬਹੁਤ ਜ਼ਿਆਦਾ ਲੋੜੀਂਦਾ ਹੈ। ਇੱਥੇ ਲਾਅ ਐਂਡ ਆਰਡਰ ਬਹੁਤ ਬੇਕਾਰ ਹੋ ਚੁੱਕਾ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਆਹ ਵੇਖੋ ਬਠਿੰਡੇ ਦੇ ਵਿੱਚ ਕਾਰੋਬਾਰੀ ਮਾਰਿਆ
ਤੇ ਜ਼ਿੰਮੇਵਾਰੀ ਲਈ ਅਰਸ਼ ਡੱਲਾ ਨੇ ਉਹਨੇ ਆਖਿਆ ਅਸੀਂ ਉੱਥੇ ਕੰਮ ਕਾਰ ਆਪਦਾ ਕਰਨਾ ਯਾਰ ਵਿੱਚ ਅੜਿੱਕਾ ਡਾਈ ਜਾਂਦਾ ਮਲਟੀ ਸਟੋਰੀ ਪਾਰਕਿੰਗ ਦਾ ਰੌਲਾ ਉੱਥੇ ਯਾਨੀ ਠੇਕੇਦਾਰਾਂ ਦੇ ਵਿੱਚ ਆ ਈਡੀ ਜਿਹੜੀ ਗੱਲ ਪਾਉਂਦੀ ਫਿਰਦੀ ਆ ਈਡੀ ਦੇ ਵਿੱਚ ਵੀ ਕਿਤੇ ਨਾ ਕਿਤੇ ਇਹੋ ਸ਼ੱਕ ਜਤਾਇਆ ਜਾਂਦਾ ਕਿ ਪੈਸਾ ਲੱਗਾ ਕੁਛ ਗਲਤ ਅਨਸਰਾਂ ਦਾ ਪੈਸਾ ਲੱਗਾ ਰੀਅਲ ਅਸਟੇਟ ਚ ਦਾਰੂ ਚ ਇਹ ਪੈਸਾ ਲੱਗਾ ਸੋ ਲਾਅ ਐਂਡ ਆਰਡਰ ਬੇਸਿਕਲੀ ਸਾਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੁਨਿਆਦੀ ਲੋੜ ਆ ਪਰ ਉਹ ਬੁਨਿਆਦੀ ਲੋੜ ਉਹਦੇ ਤੇ ਕਿਸੇ ਨੂੰ ਲੋੜ ਹੀ ਨਹੀਂ ਬਹਿਸ ਕਰਨ ਦੀ ਅੱਛਾ ਮਿੰਟੂ ਜੀ ਸਵਾਲ ਸਵਾਲ ਤਾਂ ਇਹ ਹੈ ਨਾ ਵੀ ਕਾਲਰ ਨੇ ਤੇ ਸਵਾਲ ਚੱਕਿਆ ਜਵਾਬ ਦੇਣਾ ਜਿਹਨੇ ਪੁੱਛੂਗਾ ਪੱਤਰਕਾਰ ਤੇ ਲਾਓ ਨਹੀਂ ਉੱਥੇ ਨੀਤੀਗਤ ਕੋਈ ਆਲੋਚਨਾ ਕਰਦਾ ਹੈ ਉਹ ਪੱਤਰਕਾਰ ਇਹਨਾਂ ਦੀ ਨਜ਼ਰ ਚ ਪੱਤਰਕਾਰ ਚਲੋ ਪਰ ਦੁਨੀਆਂ ਦੀ ਨਜ਼ਰ ਤੇ ਹੈ ਨਾ ਪਤਾ ਲੱਗ ਗਿਆ ਨਾ ਕਾਂਠ ਦੀ ਅੰਡੀ ਇੱਕੋ ਵਾਰੀ ਚੜਦੀ ਹੈ ਜੀ ਬਾਰ ਬਾਰ ਨੀ ਚੜਦੀ ਹੁੰਦੀ ਅਗਲੀ ਕਾਲ ਲੈ ਲੈਣੇ ਵੈਲਕਮ ਜੀ ਤੁਸੀਂ ਸਾਡੇ ਸਲਾਹਕਾਰ ਬਣ ਜਾਓ ਅਹਿਲਕਾਰ ਬਣ ਜਾਓ ਵਧੀਆ ਕੋਈ ਨੀ ਅਗਲੀ ਕਾਲ ਲੈ ਲਓ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਤਾਂ ਪੁੱਛਣਾ ਸੀ ਵੀ ਇਹਨਾਂ ਨੂੰ ਕੋਈ ਇਹ ਵੀ ਪੁੱਛੂ ਬੇਆਬਦੀ ਦਾ ਜਿਹੜਾ ਮਸਲਾ ਹੈ ਉਹਦੇ ਬਾਰੇ ਭਗਵੰਤ ਮਾਨ ਸਾਹਿਬ ਕੁਝ ਬੋਲ ਨੀ ਰਹੇ ਤੇ ਇੱਕ ਇਹਨਾਂ ਦਾ ਹੋਰ ਸੀਗਾ ਜਿਹੜਾ ਆਪਣੇ ਖਹਿਰਾ ਸਾਹਿਬ ਅੰਦਰ ਕੀਤੇ ਆ ਉਹ ਇਸੇ ਕਰਕੇ ਤਾਂ ਨੀ ਕੀਤੇ ਕਿਉਂਕਿ ਇਹਨਾਂ ਨੇ ਵੀ ਓਨਲੀ ਜੇ ਆਨਸਰ ਜਵਾਬ ਕਰਨਾ ਸੀ ਤਾਂ ਉਹ ਖਹਿਰਾ ਸਾਹਿਬ ਨੇ ਕਰਨਾ ਸੀ ਉਹਨੇ ਭੈਣਾਂ ਦੀ ਉਹ ਵੀ ਇਹਨਾਂ ਨੇ ਅੰਦਰ ਕਰਤਾ ਜੀ ਮਿਹਰਬਾਨੀ ਤੇ ਇਹਦੇ ਬਾਰੇ ਮਿੰਟੂ ਜੀ ਦਾ ਕੀ ਵਿਚਾਰ ਬੜੇ ਸੁਚੇਤ ਲੋਕ ਬੈਠੇ ਨੇ ਬਾਹਰ ਕਿਆ ਬਾਤ ਦੇਖੋ ਸੁਖਪਾਲ ਸਿੰਘ ਖਹਿਰਾ ਤੇ ਦੇਖੋ ਗੱਲ ਇਹ ਆ ਕਿ ਸੁਖਪਾਲ ਸਿੰਘ ਖਹਿਰਾ ਤੇ ਜਿਹੜੇ ਆ ਉਹ ਪਹਿਲਾਂ ਹੀ ਫੜੇ ਗਏ ਸੀਗੇ ਇਸ ਡਿਬੇਟ ਦੇ ਐਲਾਨ ਤੋਂ ਪਹਿਲਾਂ ਮੈਨੂੰ ਲੱਗਦਾ ਦੂਜੀ ਗੱਲ ਇਹ ਆ ਕਿ ਦੇਖੋ ਸਵਾਲ ਤੇ ਬਹੁਤ ਨੇ ਸਵਾਲ ਬਹੁਤ ਆ ਹਰੇਕ ਬੰਦੇ ਦੇ ਆਪੋ ਆਪਣੇ ਸਵਾਲ ਆ ਕਿਹਦੇ ਤੇ ਗੱਲ ਕਰੋ ਹੁਣ ਰੌਲਾ ਤੇ ਇਹ ਆ ਕਿ ਜਿਹੜਾ ਜਵਾਬ ਦੇਣ ਵਾਲਾ ਆ ਉਹ ਜਵਾਬ ਕਿਸ ਗੱਲ ਤੇ ਦਿੰਦਾ ਉਹ ਤੇ ਹੁਣ ਉਹ ਹੀ ਤੈਅ ਕਰੇਗਾ ਨਾ ਤੁਸੀਂ ਸਵਾਲ ਬੇਅਦਬੀ ਦਾ ਚੁੱਕਿਆ ਪਹਿਲਾਂ ਲਾਅ ਐਂਡ ਆਰਡਰ ਦਾ ਆਇਆ ਤੇ ਮੈਂ ਵੀ 25-26 ਤੇ ਮੈਂ ਵੀ ਬਣਾ ਸਕਦਾ ਹਾਂ ਕਿ ਬਾਈ ਇਹਦੇ ਤੇ ਜਵਾਬ ਦਿਓ ਜਵਾਬ ਦੇਣ ਵਾਲਾ ਜਦੋਂ ਜਵਾਬ ਹੀ ਨਹੀਂ ਦੇ ਰਿਹਾ ਉਹ ਕਹਿੰਦਾ SYL ਤੇ ਗੱਲ ਕਰੋ ਆ ਕੇ ਤੇ ਗੱਲ ਕਰੋ ਸੁਖਬੀਰ ਸਿੰਘ ਬਾਦਲ ਤੇ ਫਲਾਣਾ ਫਲਾਣਾ ਇਹ ਆਮ ਬੰਦਾ SYL ਬਾਰੇ ਜਾਣਕਾਰੀ ਨਹੀਂ ਰੱਖ ਸਕਦਾ ਕਿ ਉਹ ਤੁਹਾਡੀ ਗੱਲ ਨਹੀਂ ਉੱਥੇ ਜਾ ਕੇ ਸੁਣ ਸਕਦਾ ਇਹ ਕਿਸ ਤਰ੍ਹਾਂ ਦੀ ਬਹਿਸ ਹੈ ਮੈਨੂੰ ਨਹੀਂ ਪਤਾ ਲੱਗਦਾ ਕਿ ਬਈ ਇਹਦੇ ਚੋਂ ਕੁਛ ਨਿਕਲੇਗਾ ਬਹਿਸ ਦੇ ਜਿਹੜੇ ਮਾਇਨੇ ਹੁੰਦੇ ਆ ਨਾ ਉਹ ਇਹ ਹੋਣੇ ਚਾਹੀਦੇ ਆ ਕਿ ਅਸੀਂ ਬਹਿਸ ਕੀਤੀ ਆ ਬਹਿਸ ਦੇ ਉਪਰੰਤ ਅਸੀਂ ਕੁਛ ਉੱਥੋਂ ਠੋਸ ਲੈ ਕੇ ਨਿਕਲਣਾ ਜੇ ਨਹੀਂ ਤੇ ਆ ਜਾਬਾਂ ਦੇ ਪੇੜ ਮੈਂ ਬੜੇ ਸੈਮੀਨਾਰਾਂ ਤੇ ਗਿਆ ਉਸਤਾਦ ਹੁਣ ਮੈਂ ਤੇ ਜਾਂਦਾ ਹੀ ਨਹੀਂ ਗਾ ਆਪਾਂ ਜਵਾਬ ਦਿੰਦੇ ਹਾਂ ਇਨਫੈਕਟ ਮੈਂ ਤੁਹਾਨੂੰ ਦੱਸ ਵੀ ਦਿੰਦਾ ਕਿ ਮੈਨੂੰ ਵੀ ਸੱਦਾ ਮਿਲਿਆ ਸੀਗਾ ਕਿ ਉੱਥੇ ਲੁਧਿਆਣੇ ਆ ਮੈਂ ਕਿਹਾ ਜੀ ਨਹੀਂ ਮੈਂ ਨੀ ਆਉਣਾ ਜਿਹੜਾ ਹੁਣ ਦੂਸਰਿਆਂ ਨੇ ਰੱਖਿਆ ਸੀਗਾ ਤੇ ਮੈਂ ਆਖਿਆ ਸੀਗਾ ਕਿ ਵੀਕ ਡੇਸ ਚ ਮੈਂ ਜਾ ਹੀ ਨਹੀਂ ਸਕਦਾ ਜੀ ਕਿਤੇ ਮੇਰੀ ਮਜਬੂਰੀ ਹੈ ਮੈਂ ਤਾਂ ਸਵੇਰੇ 4-5 ਵਜੇ ਉੱਠ ਕੇ ਰਾਤ ਨੂੰ 11:30 ਵਜੇ ਤੱਕ ਤੇ ਲਿਖਦਾ ਮੈਂ ਨਹੀਂ ਜਾ ਸਕਦਾ ਹੁਣ ਕਿੰਨੀਆਂ ਕੁ ਛੁੱਟੀਆਂ ਕਰੀ ਜਾਵਾਂ ਗੱਲ ਇਹ ਆ ਕਿ ਬਈ ਮਸਲਾ ਇਹ ਆ ਕਿ ਜਾਬਾਂ ਦੇ ਭੇੜ ਦਾ ਫਾਇਦਾ ਤਦੇ ਆ ਕਿ ਜੇ ਤੁਸੀਂ ਕੋਈ ਨਿਰਣਾ ਕਰਕੇ ਉੱਠੋ ਮੈਂ ਤੁਹਾਨੂੰ ਸ਼ਰਤੀਆ ਗੱਲ ਦੱਸ ਦਿੰਦਾ ਅੱਜ ਤੋਂ 5 ਸਾਲ ਬਾਅਦ ਵੀ ਜੇ ਮੈਂ ਇੱਥੇ ਹੋਇਆ ਇਸ ਮੰਚ ਤੇ ਆ ਹੀ ਸੂਰਤ ਆ ਗਈ ਤੇ ਇਹ 6 ਮਹੀਨੇ ਦੀ ਨੀ ਮੈਂ 5 ਸਾਲ ਬਾਅਦ ਦੀ ਗੱਲ ਦੱਸ ਦਿੰਦਾ ਤੁਹਾਨੂੰ ਆਹੀ ਕਰਜ਼ਾ ਉਦੋਂ ਨੂੰ ਸ਼ਾਇਦ 6-7 ਲੱਖ ਕਰੋੜ ਤੱਕ ਹੋਏਗਾ ਕਿਉਂ ਕਿਉਂਕਿ ਤੁਸੀਂ ਅੱਜ ਆਪਣਾ ਕੋਈ ਬਲੂ ਪ੍ਰਿੰਟ ਤਿਆਰ ਹੀ ਨਹੀਂ ਕਰ ਪਾ ਰਹੇ ਤੁਹਾਡੇ ਕੋਲ ਭਵਿੱਖ ਮੁਖੀ ਕੋਈ ਵਿਜ਼ਨ ਹੀ ਹੈ ਨਹੀਂ ਗਾ ਤਾਂ ਰਿਜ਼ਲਟ ਉਹੀ ਰਹਿਣਗੇ ਜਿਹੜੇ ਕੋਈ ਨੀ ਮਿੰਟੂ ਜੀ ਇਹ ਜਿਹੜੇ 92 ਨੇ ਸ਼ੁਰੂ ਕਰੋਗੇ ਇਹ 92 ਵੀ 6 ਸਾਲ ਬਾਅਦ ਜੀਂਦੇ ਹੋਣਗੇ ਰੱਬ ਇਹਨਾਂ ਦੀ ਲੰਬੀ ਉਮਰ ਕਰੇ 600 ਸਾਲ ਜੀਣ ਮੰਜੇ ਤੇ ਪਏ ਹੋਣਗੇ ਤੁਸੀਂ ਅਸੀਂ ਜੇਕਰ ਜਿੰਦੇ ਰਹੇ ਤੇ ਗੱਲਬਾਤ ਕਰਾਂਗੇ ਤੇ ਇਹਨਾਂ ਦੇ ਸਲਾਹਕਾਰ ਇਹਨਾਂ ਦੇ ਜਿਹੜੇ ਸਲਾਹਕਾਰ ਨੇ ਉਹ ਵੀ ਕਿਤੇ ਮੰਜੇ ਤੇ ਪੈ ਕੇ ਜਦੋਂ ਰੇਡੀਓ ਟੈਲੀਵਿਜ਼ਨ ਜਾਂ ਅਖਬਾਰਾਂ ਪੜ੍ਹਨਗੇ ਤੇ ਕੋਸਣਗੇ ਆਪਣੇ ਆਪ ਨੂੰ
ਵੀ ਅਸੀਂ ਕੀ ਕੀਤਾ ਉਸ ਵਕਤ, ਚਾਰ ਪੈਸੇ ਤੇ ਚਲੋ ਵੱਧ ਕਮਾ ਲੈਣਗੇ, ਜਾਇਦਾਦਾਂ ਬਣਾ ਲੈਣਗੇ, ਹਾਂਜੀ ਹੋਰ ਸਕਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾਇਦਾਦਾਂ ਇਹਨਾਂ ਦੀਆਂ ਬਣ ਜਾਣ, ਪਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾ ਓਲਡ ਹੋਮ ਛੱਡ ਆਉਂਦੇ ਆ, ਅਤੇ ਉੱਥੇ ਇੱਕ ਨਰਸ ਆਉਂਦੀ ਆ, ਘਰੋਂ ਸਤਾਈ ਹੁੰਦੀ ਆ, ਅਤੇ ਫਿਰ ਉਹ ਠਾ ਕਰਦੀ ਲਾਉਂਦੀ ਆ ਟੀਕਾ, ਵੇਖਦੀ ਨਹੀਂ ਕਿੱਥੇ ਲੱਗਾ ਕਿੱਥੇ ਨਹੀਂ ਲੱਗਾ। ਇਹੋ ਜਿਹੇ ਹਾਲਾਤ ਵੀ ਵੇਖੇ ਓਲਡ ਹੋਮ ਦੇ ਵਿੱਚ, ਆ ਕੋਵਿਡ-19 ਦੇ ਵਿੱਚ ਬੜਾ ਕੁਝ ਅਸੀਂ ਪੜ੍ਹ ਪੜ੍ਹ ਕੇ ਸੁਣਾਇਆ, ਜੇ ਕਿਸੇ ਨੂੰ ਕੁਝ ਗਿੱਟੇ ਗੋਡੇ ਲੱਗੇ ਤਾਂ ਲੈ ਲਿਓ ਪਰੂਫ, ਮੇਰੇ ਕੋਲ ਬੋਲਣ ਨੂੰ ਬਹੁਤ ਕੁਝ ਹੈਗਾ। ਇਹੋ ਜਿਹੀ ਦੌਲਤ ਜਿਹੜੀ ਆ ਨਾ ਉਹ ਲਾਂਤੀ ਲੋਕ ਕਮਾ ਤਾਂ ਲੈਂਦੇ, ਪਰ ਬਾਬਾ ਵੀ ਕਹਿੰਦਾ ਨਾ ਕਿ ਪਾਪਾ ਬਾਜ ਨਾ ਹੋਵੇ ਇਕੱਠੀ ਅਤੇ ਮੋਇਆ ਸਾਥ ਨਾ ਜਾਵੇ, ਛੱਡ ਕੇ ਤਾਂ ਇੱਥੇ ਹੀ ਜਾਣੀ ਆ, ਕਿਉਂਕਿ ਪੁੱਤ ਸਾਂਭ ਲੂਗਾ, ਪੋਤੇ ਨੇ ਨਹੀਂ ਸਾਂਭਣਾ, ਪੁੱਤ ਤਾਂ ਪੁੱਤ ਦੀ ਹੀ ਗਰੰਟੀ ਆ ਵੀ ਉਹਨੇ ਕਿਹੜੇ ਵੇਲੇ ਤੁਰਨਾ ਸੰਸਾਰ ਤੋਂ, ਕਿਹੜੇ ਵੇਲੇ ਨਹੀਂ ਤੁਰਨਾ, ਮੇਰੀ ਗਰੰਟੀ ਆ ਕੋਈ ਕਿਸੇ, ਤੁਹਾਡੀ ਗਰੰਟੀ ਆ ਕਿਸੇ ਦੀ ਗਰੰਟੀ ਆ, ਸਾਹ ਆਉਣਾ ਜਾਂ ਨਹੀਂ ਆਉਣਾ ਹੈ ਕੋਈ ਗਰੰਟੀ ਕੋਈ, ਅਤੇ ਫਿਰ ਜਦੋਂ ਕਦੇ ਬੈੱਡ 'ਤੇ ਪਏ ਪਤਾ ਉਦੋਂ ਲੱਗਣਾ ਜਦੋਂ ਐਂ ਅੱਡੀਆਂ ਰਗੜ ਰਗੜ ਕੇ, ਫਿਰ ਵੀ ਅਸੀਂ ਵੀ ਬਣਵੇਂ ਦੇ ਵਿੱਚੋਂ ਇੱਕ ਸਾਂ, ਅਸੀਂ ਵੀ ਕੀ 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 ਕਰ ਲਿਆ, ਪੈਸੇ ਚਾਰ ਕਮਾ ਲਏ, ਚਲੋ ਉਹ ਤਾਂ ਕੰਜਰਾਂ ਕੋਲ ਵੀ ਬੜੇ ਹੁੰਦੇ ਨੇ, ਖੁਸਰਿਆਂ ਕੋਲ ਵੀ ਬੜੇ ਹੁੰਦੇ ਨੇ, ਡਾਂਸਰਾਂ ਕੋਲ ਵੀ ਬੜੇ ਹੁੰਦੇ, ਅੱਜ ਕੱਲ੍ਹ ਸੋਸ਼ਲ ਨੈਟਵਰਕ ਮੀਡੀਆ 'ਤੇ ਬੜਾ ਕੰਜਰ ਖਾਨਾ, ਉਹਨਾਂ ਕੋਲ ਵੀ ਬੜੇ ਪੈਸੇ ਆ, ਪੈਸੇ ਦੀ ਨਹੀਂ ਗੱਲ ਕੋਈ, ਪੈਸਾ ਤਾਂ ਬੜਾ ਕਮਾ ਲੈਂਦਾ ਬੰਦਾ, ਪਰ ਜ਼ਮੀਰ ਨੂੰ ਜਿੰਦਾ ਰੱਖਣਾ, ਇੱਜ਼ਤ ਕਮਾਉਣੀ ਬੜੀ ਔਖੀ ਆ। ਅਗਲੀ ਕਾਲ ਲੈ ਰਹੇ ਨੇ, ਵੈਲਕਮ ਜੀ। ਹੈਲੋ, ਹਾਂਜੀ ਵੈਲਕਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਤਾਂ ਬਸ ਇਹੀ ਪੁੱਛਣਾ ਸੀ ਮਿੰਟੂ ਵੀਰ ਜੀ ਨੂੰ ਵੀ ਇਹਦੇ ਵਿੱਚੋਂ ਹੁਣ ਆਪਾਂ ਨੂੰ ਇਹ ਪਾਣੀ ਦੇ ਵਿੱਚ ਮਧਾਣੀ ਪਾਈ ਹੋਈ ਹੈ ਜੀ, ਇਹਨਾਂ ਦੀ ਨਿਕਲਣਾ ਤਾਂ ਕਾਕਾ ਇਹ ਨਹੀਂ, ਆਪਾਂ ਨੂੰ ਪਹਿਲਾਂ ਹੀ ਪਤਾ ਰਿਜ਼ਲਟ ਦਾ ਇਹ, ਤੇ ਵੀ ਇਹਦੇ ਵਿੱਚੋਂ ਇਕੱਲਾ ਇਹ ਤਾਂ ਮੇਰੇ ਨੂੰ ਤਾਂ ਲੱਗਦਾ ਭਗਵੰਤ ਮਾਨ ਨੇ ਮਿਹਣੋ ਮਿਹਣੀ ਹੋਣ ਲਈ ਇਕੱਠਾ ਕੀਤਾ, ਕਿਉਂਕਿ ਇਹਨੂੰ ਮਿਹਣਿਆਂ ਦੇ ਵਿੱਚ ਬਹੁਤ ਜ਼ਿਆਦਾ ਸਵਾਲ ਹੁੰਦਾ ਹੱਲ ਕਰਨ ਦੀ ਥਾਂ ਤੇ। ਦੂਜਾ ਵੀ ਜਿਹੜਾ ਇਹ ਵਾਧੂ ਭਾਰ ਜਿਹੜਾ ਕੱਲ੍ਹ ਦੀ ਇਹਨੇ ਇੰਨੀ ਪੁਲਿਸ ਸੱਦ ਕੇ ਜਾਂ ਉੱਥੇ ਪ੍ਰਬੰਧਾਂ ਦਾ ਖਰਚਾ ਕੀਤਾ ਗਿਆ, ਅੱਗੇ ਪੰਜਾਬ ਕਰਜਈ ਹੈਗਾ, ਪਹਿਲਾਂ ਅੰਮ੍ਰਿਤਪਾਲ ਵੇਲੇ ਵੀ ਇਹਨੇ VSF ਸੱਦ ਕੇ ਬਹੁਤ ਖਰਚਾ ਕੀਤਾ ਉਹ, ਤੇ ਬਾਕੀ ਦਾ ਜਿਹੜਾ ਹੁਣ ਇਹਨੇ ਆ ਇਸ਼ਤਿਹਾਰਾਂ ਦਾ ਖਰਚਾ, ਤੇ ਜਿਹੜਾ ਤੀਜਾ ਹੁਣ ਆ ਹੋਰ ਵੀ ਬਹੁਤ ਖਰਚੇ ਪਏ ਜਿਵੇਂ ਹੈਲੀਕਾਪਟਰ ਦਾ, ਆਹ ਜਿਹੜਾ ਵਾਧੂ ਖਰਚਾ ਇਹ ਜਨਤਾ ਤੇ ਹੋਰ ਭਾਰ ਪਾਇਆ ਜਾਊਗਾ, ਇਹ ਜਨਤਾ ਤੇ ਹੋਰ ਭਾਰ ਪਾਉਣ ਤੋਂ ਬਿਨਾਂ ਇਹਦਾ ਕੋਈ ਹੱਲ ਨੀ, ਨਿਕਲਣਾ ਕੋਈ ਨੀ ਪਾਣੀ ਚ ਮਧਾਣੀ ਆ, ਅਗਲੀ ਕਾਲ ਲੈ ਲੈਣੇ ਆ, ਫਿਰ ਆਪਾਂ ਵਾਈਂਡ ਅਪ ਕਰਾਂਗੇ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮਿੰਟੂ ਜੀ, ਮੁੱਖ ਮੰਤਰੀ ਸਾਹਿਬ ਦੂਜਿਆਂ ਨੂੰ ਸਵਾਲ ਪੁੱਛਦੇ ਆ ਵੀ ਜੇ ਇਹਨਾਂ ਨੂੰ ਸਵਾਲ ਪੁੱਛ ਲਓ ਜਿਹੜੀ ਪੰਜ ਗਰੰਟੀਆਂ ਕੀਤੀਆਂ ਇਹਨਾਂ ਨੇ ਕਿੰਨੀ ਕੁ ਪੂਰੀਆਂ ਕਰਦੀਆਂ ਉਹਦੇ ਬਾਰੇ ਦੱਸੋ ਜੀ। ਥੈਂਕ ਯੂ। ਚਲੋ ਦੋਨਾਂ ਜਵਾਬ ਦੇ ਦੋ, ਤੀਜਾ ਬਾਅਦ ਚ ਲੈਂਦੇ ਆ। ਉਹ ਨਹੀਂ ਦੱਸਦੇ ਮੇਰੀ ਗਰੰਟੀ ਆ, ਉਹਨਾਂ ਗਰੰਟੀਆਂ ਦਾ ਕੀ ਹੋਇਆ ਉਹ ਨਹੀਂ ਦੱਸਣਗੇ ਮੇਰੀ ਗਰੰਟੀ ਆ। ਉਹ ਹੋਰ ਅਸਲ ਦੇ ਵਿੱਚ ਕੀ ਹੈ ਕਿ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਮੈਂ ਇੱਕ ਚੀਜ਼ ਬੜੀ ਨੋਟ ਕਰਕੇ ਗੱਲ ਕਹਿ ਰਿਹਾ ਤੁਹਾਨੂੰ ਕਿ ਅਸਲ 'ਚ ਜੋ ਮਾਨ ਸਾਹਿਬ ਆ ਨਾ ਉਹ ਇੱਕ ਤਾਂ 1-to-1 ਨਹੀਂ ਕਰ ਰਹੇ ਕਿਸੇ ਪੱਤਰਕਾਰ ਨਾਲ, 1-to-1 ਹੁੰਦਾ ਜਦੋਂ ਅਸੀਂ ਇਕੱਲੇ ਨਾਲ ਇਕੱਲਾ ਆਉਂਦੇ ਹਾਂ ਇੱਕ ਇੰਟਰਵਿਊ ਕਰਦੇ ਹਾਂ, ਘੰਟੇ ਦੀ ਉਹ ਜਾ ਹੋ ਸਕਦੀ ਹੈ, ਡੇਢ ਦੀ ਹੋ ਸਕਦੀ ਹੈ, ਦੋ ਦੀ ਹੋ ਸਕਦੀ ਹੈ। ਇੱਕ ਉਹ ਚੋਣਵੇਂ ਪੱਤਰਕਾਰਾਂ ਤੋਂ ਇਲਾਵਾ ਕਿਸੇ ਦੇ ਸਾਹਮਣੇ ਮੁਖਾਤਬ ਹੀ ਨਹੀਂ ਹੁੰਦੇ, ਤੇ ਤੀਸਰੀ ਗੱਲ ਇਹ ਆ ਕਿ ਉੱਤੋਂ ਇੰਨੀ ਜ਼ਿਆਦਾ ਮੀਡੀਆ ਮੈਨੇਜਮੈਂਟ ਆ ਕਿ ਤੁਹਾਡੇ ਸਾਰੇ ਸਾਡੇ ਸਵਾਲ ਰੁਲ ਗੁਲ ਜਾਂਦੇ ਨੇ। ਇਹ ਤਾਂ ਸਵਾਲ ਤਾਂ ਹੈ 1-to-1 ਲਓ ਮੇਰੇ ਨਾਲ ਕਰਾ ਦਿਓ 1-to-1, ਆਹ ਤੁਹਾਡੇ ਸਾਰੇ ਸਵਾਲ ਪੁੱਛ ਦੂੰਗਾ, 1-to-1 ਕਰਾ ਦਿਓ ਘੰਟਾ ਡੇਢ ਘੰਟਾ ਤੇ ਅੱਧ ਪਚੱਦ ਚ ਨਿਬੇੜ ਦੇਵਾਂਗੇ ਆਪਾਂ। ਨਹੀਂ ਆਉਂਦੇ 1-to-1, ਨਹੀਂ ਆਉਂਦੇ ਇਹ ਚੀਜ਼ਾਂ ਸਾਰੀਆਂ 1-to-1 ਚ ਹੁੰਦੀਆਂ ਜਿੱਥੇ ਕਾਊਂਟਰ ਕੁਐਸਚਨਿੰਗ ਹੁੰਦੀ ਆ। ਹੁਣ ਉੱਥੇ 10-20 ਪੱਤਰਕਾਰ ਬੈਠੇ ਆ, ਪ੍ਰੈਸ ਕਾਨਫਰੰਸ ਕੀਤੀ, ਇਹ ਉਹਨਾਂ ਨੇ ਪਹਿਲੀ ਗੱਲ ਇਹ ਕਿ ਸਵਾਲ ਹੀ ਉੱਥੋਂ ਛੇੜਨਾ ਹੁੰਦਾ ਕਿ ਜਿੱਥੋਂ ਪਹਿਲਾਂ ਇੱਕ ਵਾਰੀ ਮੁੱਖ ਮੰਤਰੀ ਨੂੰ ਥੋੜਾ ਖੁਸ਼ ਕਰ ਦਿੱਤਾ ਜਾਵੇ, ਫਿਰ ਉਹ ਆਪਣੇ ਹਿਸਾਬ ਨਾਲ ਗੱਲ ਕਰਕੇ ਦੂਜੇ ਨੂੰ ਕਾਊਂਟਰ ਕਰਨ ਦਾ ਮੌਕਾ ਹੀ ਨਹੀਂ ਦਿੰਦੇ। ਸੋ ਗੱਲ ਇਹ ਆ ਕਿ ਇਹ ਤਾਂ ਇਹ ਜੇ ਡਿਬੇਟ ਕਰਦੇ ਆ ਤਾਂ ਡਿਬੇਟ ਦੇ ਸਿਲਸਿਲੇ ਨੂੰ ਅੱਗੇ ਤੋਰਨ, ਹੁਣ ਇਹ ਕਹਿਣ ਕਿ ਬਈ ਪੱਤਰਕਾਰ ਵਾਰੀ ਵਾਰੀ ਤੁਰੇ ਆਓ, ਮੈਂ ਹਫ਼ਤੇ ਬਾਅਦ ਇੱਥੇ ਟਾਈਮ ਦਿਆ ਕਰੂੰਗਾ, 1-to-1 ਕਰੀ ਚਲੋ ਆ ਜਾਓ ਮੇਰੇ ਨਾਲ, ਹੁਣ ਤੁਸੀਂ ਆ ਜਾਓ, ਫਿਰ ਪਤਾ ਲੱਗ ਜੂ ਕਿ ਪੱਤਰਕਾਰਤਾ ਕਿੱਥੇ ਕੋ ਖਲੋਤੀ ਆ ਤੇ ਇਹ ਕਿੱਥੇ ਕੋ ਖਲੋਤੀ। ਬਿਲਕੁਲ ਸਹੀ ਗੱਲ ਆ। ਮਿੱਟੀ ਅਗਲੀ ਕਾਲ ਲੈ ਲਈ, ਕਬੱਡੀ ਹੋਵੇ ਅਗਲੀ ਕਾਲ ਲੈ ਲਈ। ਹੈਲੋ,
हाँ जी लो जी लो। हेलो वेलकम जी। भाई मिंटू भाई सवाल सीगा भी जिदा ये कर रहे ने, चलो आ खुली बहस एक गलो ते थोड़ा जा होगा भी एक रीत पऊगी। दूसरा जे पत्रकार भाई एनआरआई सभा सारे रल के जे कि आप इन्हों सदर बनवे ने बनवे पा के ओपोजिशन वाले भी आप करवा अपने सिर के उत्ते सारे, चलो बहर वाले भी सहयोग देने इन्हों पा के कले कले, क्योंकि हर इलाके का एम एल ए चलो इत्थे तुहाडे साडे दोस्त मित्र रिश्तेदार दे घरां दे विच आउंदे ने आम आदमी पार्टी दे आम बंदे जिहड़े है ना रैड कारपेटां दे बेसमेंटां दे विच जिवें अकाली ते कांग्रेसी आ के मुर्गे छक के जांदे सी इवें ये छक जांदे आ ते वादे करदे हुंदे सीगे भी आम आदमी पार्टी का कोई भी बंदा आऊगा रंगला पंजाब तो बगैर गति कोई नहीं, क्योंकि साथ दिंदे सां भी चलो बदलाव वेखो। हाँ जी अज कांग्रेसी भी अकाली भी ते आम आदमी पार्टी वाले भी, मैं ऑन एयर आ चैनल 24 आवर रिपीट होना वा होसो हवाच कह रहा, मीडिया इनविटेशन भी नहीं आउंदा सानू क्योंकि पता ना भी गिटे गोडे वजनिया साडे सवाल। मैं तो कहना अशके जावा कि कांग्रेसी कांग्रेस दे राज वेले मिंटू जी कह रहे ने कि भगवंत मान वन टू वन कैप्टन अमरिंदर सिंह किसी 15 मिनट नहीं दिंदा, 2 वारी रंगला पंजाब नूं माण आ कि लंबी चौड़ी 1.5 घंटा इंटरव्यू रेडियो ते कीती आ, सुनाई भी आ कीती भी आ, और भावें कि अकालियां दे राज दे विच असीं कहिंदे आ कि बड़ा उह माड़ा करदे सी, हर एक इत्थे अकाली एम एल ए आउंदा सी एम पी आउंदा सी असीं सददे सां आउंदे सी, उह इत्थे ते लभदे नहीं इहनां दे आम आदमी पार्टी दे तलवे चटन वाले दी कमी इत्थे कोई तलवे चटन वाले दी तलवे तलवे समझ तलवे चटन कांग्रेसियां दे भी ते अकालियां दे भी ते इन्हां दे है कोई कमी इत्थे कोई कमी मैं कहना कोई आता आ पिया इत्थे रीत नू एक सार्थक दिशा वाल मोड़िया जाना चाहिए, जिम्मेवारी बन मैं नहीं कहता कि साडा भी यह होना चाहिए कि जे भगवंत मान चंगी गल भी कहते असं ओनू कही नहीं 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 जिथे झूठा ना कल वेखो मिंटू जी एक मिनट सॉरी टू इंटरप्ट जो गल चल रही है, खेड मेलियां दे विच स्टंट बंद करन ते सरकार दा कल असी स्वागत किया कि बहुत वधिया कदम है, इहो जिहे होर बड़े मसले ने जिहड़े ते आप पहलकदमी करनी चाहिए, होर बड़े ने जिथे असी आम आदमी पार्टी दी रज के तारीफ कीती है। स्वागत स्वागत भी करो ते नाल इन्हां नूं हथ भी जोड़ो कि जिहड़ियां तुसीं टपूसियां मार के कदे कार दे उत्ते चढ़ जांदे जे कदे छत खोल के तेरे यार नूं दबण नूं फिरदे ने दबदा किथे आ जिहड़ियां करदे जे ना लक्षण इह वी ना करिया करो इह स्टंटबाजी। बिल्कुल 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 आपां ते कई बारी कहता है तुसीं कहिंदे इक डड़ा तो डड़ा होता है, पता नहीं कहां कहां से पड़ा होता है, इह कल नूं कहां से चला होता है ते इसे करके हुण कहिंदे कि पिंडां च नहीं जाना माना चंडीगढ़ च ही भला होता है। हां भला होता है क्या बात, किड्डी थोड़ी शेरोबंदी कर दित्ती है। अच्छा आम आदमी पार्टी की गल चली है तो तुसीं आए हो, एक सवाल पूछ ही लईए, केजरीवाल नूं 2 तरीक नूं तलब कीता है, जेल च सुट के भाजपा पार्टी मुकाउणा चाहुंदी है, आप दा प्यान है की कहना चाहोगे? मैं नहीं वो जेल च कानू सुटना है, गल है कि मैनूं आप वाले कहिंदे असीं कल कहिंदे असीं साडा नहीं आ असीं नहीं कहिंदे आप वाले नहीं, केजरीवाल साहब जेल च की पता जान ही ना, ये पहले ही चाहुंदे कि केजरीवाल साहब जेल च जां, इन्हां नूं पता है कि चले जाणगे आप वाले कहिंदे कहिंदे भी शायद नहीं जाणगे, आम आदमी पार्टी वाले एडे कॉन्फिडेंट है कि कहिंदे आ कि चले ही जाणगे।
वाह जी वाह, गल ये इन्होंने ये भी नहीं कहा भी भरोसे को सूत्रा तो पता लगा सही है, ये गल के इन्हों थोड़ा यकीन रखना चाहिए कि बई कुछ नहीं होंगे, जवाब तलबियां तो होंदिया नहीं ना, देखो तुसी इत्थे किन्नियां नूं वाणे पाया ते ओ जवाब तुहानूं देने ही चाहिए आ, हर हाल च देने चाहिए आ। बाकी गल यह कि शराब वाला काम जिहड़ा है वो तो इत्थे पंजाब तक भी पहुंच गया, इंडिया शराब ही सुंघदी फिरदी है कि कित्थों कित्थों मुश्क आउंदा है, वो हुण अगां वेखो किहदी किहदी शामत आउंदी है, कुछ नहीं हुंदा पार्टियां कदे ऐ, तुसीं देखो इंदिरा गांधी भी एक टाइम गिरफ्तार कर ली गई सी, उसनूं कहा जांदा है इतिहास च आपरेशन बलंडर, बलंडर यानी बलंडर सी उस वेले चौधरी चरण सिंह होरां दा खत्म हो गया, उस तों बाद ते इंदिरा गांधी खत्म हुई बन गई सी, पर पार्टी कई बार जेल जाण तों बाद इन्हां नूं मत देवो कि तगड़ी हो जांदी है सगों, कोई गल नहीं है जेल च उत्थे की उत्थे मार्चां ही करवाउणियां, अगे सतिंदर जैन वेखो बड़ा देश भगत तगड़ा है, दो चार ओनू तुसी उत्थे दिते ने सेवादार है, गल जान पा दन भी चलो तुसी लै लो भी ताडे ही आ, तुसी साडे आले पासे आ जाओ खांगे, बड़ियां राजनीति दी पैंतड़ेबाजियां हुंदियां ने, शायद पैंतड़ेबाजी दा हिस्सा ही होवे, तुहाडा धन्नवाद मिंटू जी। दोस्तों अगले कुछ एक दिनों के बाद से पट्टी साहब ने सानू 10 दिन पहले दस्या सी कि उन्होंने कुछ निजी कार्ज ने, तो उन्होंने 1 नवंबर तो सानू पहले ही भेजा सीगा संदेशा, तो सवेरे उन्होंने याद करवाया, असी मिंटू जी ने रिक्वेस्ट की है कि तुहानू 10 मिनट असी लेट लिया करांगे, तो फिर असी इस समय गलबात कराया करांगे जिन्ना चिर पट्टी साहब का नोटिफिकेशन नहीं आता। पर एक मैं होर गल कह दा कि असी डिसाइड किया है कि शायद हो सकता कि असी थोड़े समय के ही रिसैशन चल रहा, तुहानू पता बड़ा तगड़ा कनेडा दे विच, ते 2 घंटे असी एनी टाइम किसी दिन भी तुसी सुन सकते हो मिंटू जी की हाजरी जी, मैं कह रहा कि इन्हां नू शायद होर अर्ली आना पिया करे क्योंकि समा चेंज हो जाना, ये रहणगे साढ़े नाल ही पट्टी साहब मॉर्निंग शो शिफ्ट जिहड़ी उह संभाल लैणगे, तो समय दर समय शाम नू लिया करांगे, पर एनी टाइम असी 2 घंटे एनी मूवमेंट एनी डे असी तुहानू अनाउंस कर सकते हैं, असी कट रहे हैं, जे किसी ने स्टेशन नूं अपलाई करके टाइम लेना होवे मोस्ट वेलकम है, मेरे राही लओगे तो हो सकदा कि मैनूं कोई पुराना रेट मिलिया होवे तुहानूं उही मिल जावे, मेरा नंबर है 416-716-7794, इनवाइसां चैक कर लिओ, उस हिसाब नाल दे दिओ, स्टेशन तो जाओगे हो सकदा तुहानूं थोड़ा बहुत महंगा मिले, हो सकदा सस्ता भी मिल जाए, 2 घंटे कट करन दा साडी मिंटू जी की हाजरी जी, मैं कह रहा एनी टाइम हो सकदा, एनी डे हो सकदा, एनी पल हो सकदा, बहुत बहुत धन्नवाद। हाँ बारी सज्जना ने साथ दिता तो साह जिंदा रहा, दीवा जगता रहा, जे तेल पै गया तो फिर आप चलते रखांगे, मिंटू जी धन्नवाद, सत श्री अकाल। तुसी सुन रहे हो चावला न्यूज़ नेटवर्क टोरंटो CNN टोरंटो।